हाँ जी बेटे, बहुत प्यार भरी सत श्री अकाल सारे +2 ਦੇ ਸਟੂਡੈਂਟਸ ਨੂੰ, ਬਹੁਤ ਬਹੁਤ ਪਿਆਰ। ਅੱਜ ਬੇਟੇ ਜਿਹੜੀ ਸਾਡੀ ਕਲਾਸ ਚੱਲ ਰਹੀ ਹੈ, ਇਹ ਬਾਕੀ ਕਲਾਸਿਸ ਦੀ ਤਰ੍ਹਾਂ ਮੈਂ ਇਹਨੂੰ ਕੋਸ਼ਿਸ਼ ਕਰਾਂਗੀ ਕਿ YouTube ਆਪਣੇ ਚੈਨਲ ਤੇ ਵੀ ਪਾ ਦਾਂ, ਤਾਂ ਜੋ ਤੁਸੀਂ ਇਹਦੇ ਰਾਹੀਂ ਵੀ ਤਿਆਰੀ ਕਰ ਸਕੋ। ਅੱਜ ਜੋ ਸਾਡੀ ਕਲਾਸ ਦਾ ਮੇਨ ਫੋਕਸ ਹੈ, ਉਹ ਬੱਚੇ ਕਿਹੜਾ ਹੈ ਕਿ ਜਿਹੜਾ ਤੁਹਾਡੇ 5 ਜੁਲਾਈ ਤੋਂ ਪੇਪਰ ਸਟਾਰਟ ਹੋ ਰਹੇ ਨੇ, ਉਹਦੇ ਵਿੱਚ ਜੋ ਪੋਲੀਟੀਕਲ ਸਾਇੰਸ ਦਾ ਪੇਪਰ ਆਏਗਾ, ਉਹਦੀ ਤਿਆਰੀ ਕਰਨ ਦੇ ਲਈ ਅਸੀਂ ਅੱਜ ਇਹ ਕਲਾਸ ਰੱਖੀ ਹੈ। ਸੋ ਤੁਹਾਨੂੰ ਉਹਦੇ ਵਿੱਚ 20 ਕੁਐਸਚਨਸ ਆਣਗੇ, 20 ਕੁਐਸਚਨਸ ਐਂਡ 20 ਕੁਐਸਚਨਸ ਤੁਹਾਡੇ ਫਿਲਿੰਗ ਦਾ ਬਲੈਂਕਸ ਹੋ ਸਕਦਾ ਹੈ, ਖਾਣਾ ਦੇ ਵਿੱਚ ਜਵਾਬ ਹੋ ਸਕਦਾ ਹੈ, ਮਲਟੀਪਲ ਚੁਆਇਸ ਮਤਲਬ 4 ਆਪਸ਼ਨ ਦੇ ਕੇ ਇੱਕ ਆਪਸ਼ਨ ਹੋ ਸਕਦੀ ਹੈ, ਠੀਕ ਹੈ। ਸੋ ਖਾਲੀ ਥਾਂ ਹੋ ਸਕਦੀ ਹੈ, ਫਿਲਿੰਗ ਦਾ ਬਲੈਂਕਸ ਹੋ ਸਕਦਾ ਹੈ, ਤੇ ਇਸ ਕਰਕੇ ਇਹ ਤੁਹਾਡੇ 20 ਕੁਐਸਚਨਸ ਗੂਗਲ ਸ਼ੀਟ ਆਏਗੀ। ਪਹਿਲਾਂ ਤਾਂ ਮੈਂ ਤੁਹਾਨੂੰ ਸਾਰੇ ਹੀ ਪੰਜਾਬ ਭਰ ਦੇ ਬੱਚਿਆਂ ਨੂੰ ਹੀ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਜਿਹੜੀ ਤੁਹਾਡੀ ਆਈਡੀ ਹੋਏਗੀ, ਜੋ ਤੁਹਾਡੀ ਈ ਪੰਜਾਬ ਆਈਡੀ ਹੈ, ਤੁਸੀਂ ਪੇਪਰ ਵਿੱਚ ਆਪਣੀ ਆਈਡੀ ਬਹੁਤ ਧਿਆਨ ਨਾਲ ਭਰਨੀ ਹੈ ਤੇ ਆਈਡੀ ਠੀਕ ਭਰਨੀ ਹੈ। ਦੂਸਰੀ ਗੱਲ ਬੇਟੇ ਜਿਹੜੀ ਮੈਂ ਤੁਹਾਨੂੰ ਇੰਪੋਰਟੈਂਟ ਗੱਲ ਕਹਿਣਾ ਚਾਹੁੰਦੀ ਹਾਂ ਕਿ ਕਿਉਂਕਿ ਕੋਰੋਨਾ ਚੱਲ ਰਿਹਾ ਹੈ, ਕੋਰੋਨਾ ਦੀ ਥਰਡ ਵੇਵ ਵੀ ਆਉਣ ਵਾਲੀ ਹੈ, ਸਤੰਬਰ ਚ ਆਵੇ ਦਸੰਬਰ ਚ ਆਵੇ, ਹੁਣ ਤਾਂ ਬੇਟੇ ਹਾਲਾਤ ਇੱਦਾਂ ਦੇ ਨੇ ਕਿ ਕਿਸੇ ਨੂੰ ਕੁਝ ਪਤਾ ਹੀ ਨਹੀਂ ਵੀ ਹੋਣਾ ਕੀ ਹੈ, ਠੀਕ ਹੈ। ਹੋ ਸਕਦਾ ਸਕੂਲ ਖੁੱਲ ਜਾਣ, ਹੋ ਸਕਦਾ ਸਕੂਲ ਨਾ ਖੁੱਲਣ, ਹੋ ਸਕਦਾ ਅਗਲੇ ਸਾਲ ਵੀ ਪੇਪਰ ਹੋਣ, ਹੋ ਸਕਦਾ ਨਾ। ਸੋ ਇਸ ਸਾਲ ਸਰਕਾਰ ਨੇ ਸਾਨੂੰ ਮੇਨ ਇਨਸਟਰਕਸ਼ਨਸ ਇਹ ਦਿੱਤੀਆਂ ਨੇ ਕਿ ਸ਼ੁਰੂ ਸਾਲ ਤੋਂ ਹੀ ਪਹਿਲੇ ਦਿਨ ਤੋਂ ਹੀ ਜਿੰਨੇ ਪੇਪਰ ਹੋਈ ਜਾਣਗੇ ਉਹਨਾਂ ਸਭ ਦੇ ਮਾਰਕਸ ਲਗਾਉਂਦੇ ਜਾਓ, ਤੇ ਅਖੀਰ ਦੇ ਵਿੱਚ ਉਹਨਾਂ ਮਾਰਕਸ ਦੇ ਟੋਟਲ ਦੇ ਬਿਹਾਫ ਦੇ ਉੱਤੇ, ਜੇ ਮਾਰਚ ਦੇ ਪੇਪਰ ਨਹੀਂ ਹੁੰਦੇ ਤਾਂ ਉਹਨਾਂ ਦੇ ਬਿਹਾਫ ਦੇ ਉੱਤੇ ਨੰਬਰ ਲੱਗ ਜਾਣੇ। ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣੇ ਇਹ ਪੇਪਰ ਬਹੁਤ ਧਿਆਨ ਨਾਲ ਦੇਣੇ ਹੈ ਤੇ ਬਹੁਤ ਚੰਗੀ ਤਰੀਕੇ ਦੇ ਨਾਲ ਤੁਸੀਂ ਇਹ ਸਾਰਿਆਂ ਨੇ ਆਪਣੇ ਪੇਪਰ ਦੇਣੇ ਹੈ। ਸੋ ਇਸ ਪੇਪਰ ਦੀ ਤਿਆਰੀ ਵੀ ਕਰਨੀ ਹੈ, ਆਈਡੀ ਠੀਕ ਲਿਖਣੀ ਹੈ, ਬਾਕੀ ਜੋ ਤੁਹਾਡੀਆਂ ਇੰਸਟਰਕਸ਼ਨਸ ਹੋਣਗੀਆਂ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ। ਸੋ ਪੇਪਰ ਵੀ, ਪੇਪਰ ਦੇ ਲਈ ਵੀ ਤੁਹਾਨੂੰ ਪਤਾ ਹੈ ਕਿ 12 ਘੰਟੇ ਤੁਹਾਨੂੰ ਦਿੱਤੇ ਜਾਣਗੇ, 12 ਘੰਟੇ ਦੇ ਵਿੱਚ ਤੁਸੀਂ ਪੇਪਰ ਸਬਮਿਟ ਕਰਾ ਕੇ ਆਪਣੇ ਆਪਣੇ ਟੀਚਰਸ ਨੂੰ ਇਨਫੋਰਮ ਕਰ। ਸੋ ਇਹਦੇ ਲਈ 3 ਲੈਸਨ ਨੇ, ਹੁਣ ਆਪਾਂ ਕਲਾਸ ਸਟਾਰਟ ਕਰਦੇ ਹਾਂ। ਲਿਖੋ, ਪਹਿਲਾ ਲੈਸਨ ਸਾਡੇ ਕੋਲ ਹੈ ਰਾਜਨੀਤਿਕ ਪ੍ਰਣਾਲੀ, ਪੋਲੀਟੀਕਲ ਸਿਸਟਮ। ਫਸਟ ਲੈਸਨ ਇਜ਼ ਰਾਜਨੀਤਿਕ ਪ੍ਰਣਾਲੀ, ਪੋਲੀਟੀਕਲ ਸਿਸਟਮ, ਜਿਹੜਾ ਪੇਪਰ ਚ ਆਏਗਾ। ਦੂਸਰਾ ਲੈਸਨ ਬੇਟੇ ਜੋ ਤੁਹਾਡਾ ਪੇਪਰ ਚ ਆਏਗਾ ਉਹ ਹੈ ਭਾਰਤੀ ਸੰਸਦੀ ਪ੍ਰਣਾਲੀ, ਇੰਡੀਅਨ ਪਾਰਲੀਮੈਂਟਰੀ ਗਵਰਨਮੈਂਟ ਜਾਂ ਪਾਰਲੀਮੈਂਟਰੀ ਮਾਡਲ ਆਫ ਇੰਡੀਆ, ਠੀਕ ਹੈ। ਤੀਸਰਾ ਲੈਸਨ ਜੋ ਤੁਹਾਡਾ ਪੇਪਰ ਚ ਆਏਗਾ ਉਹ ਨੋਟ ਕਰ ਲਓ, ਉਹ ਹੈ ਭਾਰਤੀ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ, ਫੀਚਰਸ ਆਫ ਇੰਡੀਅਨ ਡੈਮੋਕ੍ਰੇਸੀ, ਭਾਰਤੀ ਲੋਕਤੰਤਰ ਦੀਆਂ ਚੁਣੌਤੀਆਂ, ਚੈਲੰਜਿਸ ਆਫ ਇੰਡੀਅਨ ਡੈਮੋਕ੍ਰੇਸੀ, ਤੇ ਉਹਨਾਂ ਚੁਣੌਤੀਆਂ ਨੂੰ ਦੂਰ ਕਰਨ ਦੇ ਸੁਝਾਅ, ਸੁਜੈਸ਼ਨਸ ਟੂ ਰਿਮੂਵ ਦਾ ਚੈਲੰਜਿਸ ਆਫ ਇੰਡੀਅਨ ਡੈਮੋਕ੍ਰੇਸੀ, ਠੀਕ ਹੈ। ਇਹ ਸਾਡੇ 3 ਲੈਸਨ ਜਿਹੜੇ ਹਨ, 1 ਲੈਸਨ ਤੁਹਾਡਾ ਰਾਜਨੀਤਿਕ ਪ੍ਰਣਾਲੀ ਪਾਰਟ ਏ ਦਾ ਹੈ, ਜਦੋਂ ਕਿ 2 ਲੈਸਨ ਜਿਹੜੇ ਹਨ ਉਹ ਤੁਹਾਡੇ ਪਾਰਟ ਬੀ ਦੇ ਵਿੱਚੋਂ ਹਨ। ਅਸੀਂ ਤਿੰਨੋਂ ਲੈਸਨ ਕਰ ਚੁੱਕੇ ਹਾਂ। ਸੋ ਇਹਨਾਂ 3 ਲੈਸਨਾਂ ਦੀ ਅੱਜ ਦੀ ਕਲਾਸ ਵਿੱਚ ਅਤੇ ਵੀਰਵਾਰ ਦੀ ਕਲਾਸ ਵਿੱਚ, 2 ਕਲਾਸਿਸ ਦੇ ਵਿੱਚ ਮੈਂ ਇਹਨਾਂ ਦੀ ਰਿਵੀਜ਼ਨ ਕਰਵਾਵਾਂਗੀ। ਜਿਹੜੇ ਬੱਚੇ ਪ੍ਰੋਪਰ ਤਰੀਕੇ ਦੇ ਨਾਲ ਰਿਵੀਜ਼ਨ ਕਰਦੇ ਹੈ, ਮੈਨੂੰ ਉਮੀਦ ਹੈ ਕਿ ਉਹਨਾਂ ਦੇ 20 ਚੋਂ 20 ਨੰਬਰ ਆਉਣਗੇ ਹੀ ਆਉਣਗੇ, ਠੀਕ ਹੈ। ਸੋ ਇੱਕ ਗੱਲ ਹੋਰ ਵੀ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਤੁਹਾਨੂੰ ਕੋਈ ਲੋੜ ਨਹੀਂ ਕਿਸੇ ਨੂੰ ਪੇਪਰ ਕਰਾਉਣ ਦਾ, ਤੁਸੀਂ ਆਪਣੀ ਮਿਹਨਤ ਕੀਤੀ ਹੋਈ ਹੈ, ਤੁਸੀਂ ਆਪਣਾ ਪੇਪਰ ਧਿਆਨ ਨਾਲ ਕਰਨਾ ਔਰ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ। ਸੋ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਰਿਵੀਜ਼ਨ ਦੇ ਤੌਰ ਦੇ ਉੱਤੇ ਰਾਜਨੀਤਿਕ ਪ੍ਰਣਾਲੀ ਦੀ ਰਿਵੀਜ਼ਨ। ਹੁਣ ਮੈਂ ਤੁਹਾਨੂੰ ਕੁਐਸਚਨਸ ਲਿਖਵਾਉਂਦੀ ਜਾਵਾਂ ਜਾਂ ਦੱਸਦੀ ਜਾਵਾਂ, ਦੱਸੋ ਵੀ ਕਿ ਰਾਜਨੀਤਿਕ ਪ੍ਰਣਾਲੀ ਵਿੱਚੋਂ ਸ਼ਾਰਟ ਸ਼ਾਰਟਕੱਟ ਦੇ ਵਿੱਚ, ਕਿਉਂਕਿ ਅਸੀਂ ਲੈਸਨ ਬਹੁਤ ਡਿਟੇਲ ਚ ਕਰ ਚੁੱਕੇ ਹਾਂ, ਫਿਰ ਮੈਂ ਤੁਹਾਨੂੰ ਕੁਐਸਚਨ ਦੱਸਦੀ ਜਾਵਾਂਗੀ, ਤੁਸੀਂ ਥੋੜੇ ਥੋੜੇ ਨੋਟ ਕਰਦੇ ਜਾਓ ਕਿ ਤੁਹਾਨੂੰ ਕੁਐਸਚਨ ਕਿਸ ਤਰੀਕੇ ਆ ਸਕਦੇ, ਠੀਕ ਹੈ। ਦੱਸਦੇ ਜਾਓ। ਦੇਖੋ, ਪਹਿਲਾ ਕੁਐਸਚਨ, ਚਾਹੇ ਤੁਸੀਂ ਰਫ ਜੀ ਲਿਖਦੇ ਜਾਓ, ਪਹਿਲਾ ਕੁਐਸਚਨ ਤੁਹਾਨੂੰ ਰਾਜਨੀਤਿਕ ਪ੍ਰਣਾਲੀ ਚੋਂ ਬਹੁਤ ਇੰਪੋਰਟੈਂਟ ਕੁਐਸਚਨ ਆਪਣੇ ਕੋਲ ਬਣਦਾ ਹੈ ਕਿ ਰਾਜਨੀਤਿਕ ਪ੍ਰਣਾਲੀ ਸ਼ਬਦ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਿਸਨੇ ਕੀਤੀ, ਕਦੋਂ ਕੀਤੀ ਅਤੇ ਕਿਹੜੀ ਕਿਤਾਬ ਚ ਕੀਤੀ। ਰਾਜਨੀਤਿਕ ਪ੍ਰਣਾਲੀ, ਪੋਲੀਟੀਕਲ ਸਿਸਟਮ ਸਭ ਤੋਂ ਪਹਿਲਾਂ ਕਿਹਨੇ ਇੰਟਰੋਡਿਊਸ ਕੀਤਾ, ਕਿਹੜੀ ਕਿਤਾਬ ਚ ਕੀਤਾ ਅਤੇ ਕਦੋਂ ਕੀਤਾ, ਤਾਂ ਉਹਦਾ ਜਵਾਬ ਤੁਹਾਨੂੰ ਸਭ ਨੂੰ ਪਤਾ ਹੈ ਕਿ ਡੇਵਿਡ ਈਸਟਨ ਨੇ ਕੀਤੀ, 1953 ਵਿੱਚ ਕੀਤੀ, ਦਾ ਪੋਲੀਟੀਕਲ ਸਿਸਟਮ ਨਾਮ ਦੀ ਕਿਤਾਬ ਚ ਕੀਤੀ, ਠੀਕ ਹੈ। ਇਹ ਆਂਸਰ ਤੁਹਾਡੇ ਕੋਲ ਹੈ, ਡੇਵਿਡ ਈਸਟਨ ਨੇ ਕੀਤੀ, 1953 ਵਿੱਚ ਕੀਤੀ ਅਤੇ ਦਾ ਪੋਲੀਟੀਕਲ ਸਿਸਟਮ ਨਾਮ ਦੀ ਕਿਤਾਬ ਦੇ ਵਿੱਚ ਕੀਤੀ। ਇਹ ਸਭ ਤੋਂ ਇੰਪੋਰਟੈਂਟ ਕੁਐਸਚਨ ਬਣਦਾ। ਦੂਜਾ ਕੁਐਸਚਨ ਤੁਹਾਨੂੰ ਬਣ ਸਕਦਾ ਹੈ ਕਿ ਗ੍ਰਾਮ ਵਾਲਿਸ ਨੇ ਕਿਹੜੀ ਪੁਸਤਕ ਲਿਖੀ ਅਤੇ ਕਦੋਂ ਲਿਖੀ।
राजनीतिक प्रणाली संबंधी मनुखी संबंधा संबंधी ग्राम वालिस ने किताब लिखी, वो लिखी सी 1908 दे, ठीक है, ह्यूमन नेचर इन पॉलिटिक्स। ह्यूमन नेचर इन पॉलिटिक्स मैं लिखाया होया है, जेडे बच्चियां ने नोट्स लिखे हुए हैं, क्लासा लाइया हुई हैं, उन्होंने कोई भी प्रॉब्लम नहीं आएगी, ठीक है। लगी गल समझ, ग्राम वालिस ने लिखी सी 1908 देखी सी, ठीक है जी। किताब का नाम सी राजनीति विच मनुखी सुभा, ह्यूमन नेचर इन पॉलिटिक्स। एक बटे अगली किताब हैगी है ऑथर बेंटले, ये भी तुहानू आ सकती है। ऑथर बेंटले की किताब का नाम दसो, या तुहानू कई बार की हुंदा किताब का नाम दे दिता जांदा है, तुसीं लिखो ऑथर बेंटले, उस सामने किताब का नाम लिखो द प्रोसैस ऑफ गवर्नमेंट। द प्रोसैस ऑफ गवर्नमेंट, शासन की प्रक्रिया, शासन की प्रक्रिया किताब का नाम है, लेखक है ऑथर बेंटले। कई बार तुहानू क्वेश्चन आ जांदा है ऑथर बेंटले की किताब का नाम दसो, तो तुसीं शासन की प्रक्रिया द प्रोसैस ऑफ गवर्नमेंट दसना। कई बार तुहानू क्वेश्चन आ जांदा है द प्रोसैस ऑफ गवर्नमेंट नाम की किताब किसने लिखी, तो उत्थे तुसीं लेखक का नाम दसना होंदा है, उत्थे तुसीं ऑथर बेंटले का नाम दे सकते, ठीक है। ये तीन किताबां जिहड़ियां ने ये राजनीतिक प्रणाली नाल मनुखी सुभा दे नाल संबंधित ने, इस करके तीन किताबां चो एक अद्धा क्वेश्चन बेटे तुहाडे पेपर दे विच तुहानू आ सकता है, सो ये वेरी इंपॉर्टेंट है, तुसीं इहनू कर लैणा। उस तो अगले चौथा क्वेश्चन जो तुहानू एक नंबर दे या तुहानू आ सकता है, वो तुहानू आ सकता है कि उचित कानूनी नियमित जबर शक्ति, उचित कानूनी नियमित जबर शक्ति, लेजिटिमेट फिजिकल कवर्सिव पावर। उचित कानूनी शरीरक जबर शक्ति, लेजिटिमेट फिजिकल कवर्सिव पावर, ठीक है। ये आ सकता है क्वेश्चन तुहानू कि ये शक्ति किस कोल है, हाँ जी, जे क्वेश्चन आ जाए शक्ति किस कोल है, तो किदे कोल है, राजनीतिक प्रणाली कोल। नोट कर लो कि ये पावर किदे कोल है, फिर तुहाडा जवाब होएगा राजनीतिक प्रणाली कोल है, ठीक है जी। तुहानू क्वेश्चन आ सकता है कि उचित कानूनी शरीरक जबर शक्ति किस दी विशेषता है, तो किदी विशेषता है, राजनीतिक प्रणाली की विशेषता है। तुहानू क्वेश्चन आ सकता है उचित कानूनी शरीरक जबर शक्ति तो की भाव है, देखो क्वेश्चन है, क्वेश्चन किसी भी तरह आ सकता है, की भाव है, तो तुसी उहदा जवाब की लिखना है कि राज कोल कानून बनाउण दी शक्ति है, राज कोल राजनीतिक प्रणाली कोल, राज कोल राजनीतिक प्रणाली कोल कानून बनाउण दी शक्ति है, ये शक्ति सिर्फ राजनीतिक प्रणाली कोल ही है, ये शक्ति सिर्फ राजनीतिक प्रणाली कोल ही है, इस करके केवल राजनीतिक प्रणाली ही कानून बना सकती है, इसे शक्ति के अधीन राजनीतिक प्रणाली कानून बना सकती है, सो राजनीतिक प्रणाली की विशेषता है। एक नंबर च राजनीतिक शब्द का अर्थ आ सकता है फिजिकल उचित कानूनी शरीरक जबर शक्ति का अधिकार किस कोल है, ये आ सकता है। उचित कानूनी शरीरक जबर शक्ति का अर्थ की है, ये आ सकता है। उचित कानूनी शरीरक जबर शक्ति किसकी विशेषता है, राजनीतिक प्रणाली की विशेषता है, यह आ सकता है। या कोई होर क्वेश्चन, क्वेश्चन पाउण वाला किसी भी तरह घुमा फिरा के इत्थे इत्थे क्वेश्चन एक नंबर का पा सकता है, सो ये भी इंपॉर्टेंट। अगली चीज राजनीतिक प्रणाली दियां बेटे तुसी परिभाषावां तुहाडे टीचर्स ने जरूर कराईयां होणियां, तुहानू मैं भी करवाईयां ने, जदों मेरी लाइव क्लास तुसी देखोगे मैं भी करवाईयां ने, तुहाडे टीचर्स ने भी करवाईयां होणियां। ਉਹਦੇ ਵਿੱਚ ਡੇਵਿਡ ਈਸਟਨ ਦੀ ਪਰਿਭਾਸ਼ਾ, ਰੋਬਰਟ ਡੈਲ ਦੀ ਪਰਿਭਾਸ਼ਾ, ਠੀਕ ਹੈ, ਆਲਮੰਡ ਅਤੇ ਪਾਵੇਲ ਦੀ ਪਰਿਭਾਸ਼ਾ, ਇਹ ਤਿੰਨ ਪਰਿਭਾਸ਼ਾਵਾਂ ਤੁਸੀਂ ਜ਼ਰੂਰ ਕਰ ਲੈਣੀਆਂ। ਇਹਨਾਂ ਪਰਿਭਾਸ਼ਾਵਾਂ ਤੇ ਹਰ ਹਾਲਤ ਵਿੱਚ ਨੋਟ ਕਰ ਲਓ ਮੇਰੀ, ਤੁਹਾਨੂੰ ਪ੍ਰਸ਼ਨ ਆ ਸਕਦਾ, ਤੁਹਾਨੂੰ ਪ੍ਰਸ਼ਨ ਆ ਸਕਦਾ, ਕਿਸੇ ਦੀ ਪਰਿਭਾਸ਼ਾ ਦੇ ਕੇ ਪੁੱਛਿਆ ਜਾ ਸਕਦਾ ਇਹ ਪਰਿਭਾਸ਼ਾ ਕਿਸ ਦੀ ਹੈ, ਜਾਂ ਤੁਹਾਨੂੰ ਕੁਐਸਚਨ ਆ ਸਕਦਾ ਡੇਵਿਡ ਈਸਟਨ ਨੇ ਰਾਜਨੀਤਿਕ ਪ੍ਰਣਾਲੀ ਸੰਬੰਧੀ ਕੀ ਪਰਿਭਾਸ਼ਾ ਦਿੱਤੀ ਹੈ, ਉਹ ਵੀ ਆ ਸਕਦਾ, याद रखें, ठीक है। रॉबर्ट डेहल ने राजनीतिक प्रणाली संबंधी की परिभाषा दी है, यह भी आ सकता, तुहाडे तो परिभाषा पूछी भी जा सकती है, या परिभाषा दे के परिभाषा देने वाले लेखक का नाम पूछा जा सकता। पर जित तक मेरा कंसर्न है कि मल्टीपल चॉइस का क्वेश्चन आने तुहानू इस पेपर च, पक्के पेपर की गल नहीं कर रही मैं, हूँ जुलाई के पेपर की गल कर रही हूँ, क्योंकि तुहानू गूगल टेस्ट आना है, तो मेरे हिसाब नाल तुहानू परिभाषा दिती जा सकती है, परिभाषा के नीचे चार थिंकर्स के नाम आ सकते हैं, तो यह पूछा जा सकता भी यह परिभाषा किदी है, ठीक है। यह भी हो सकता है कि एक परिभाषा दे के
ਦੋ ਵਿਚਾਰਕਾਂ ਦੇ ਨਾਮ ਪਾ ਕੇ ਵਿੱਚ ਡੈਸ਼ ਆ ਜਾਵੇ ਵੀ ਇਹਨਾਂ ਦੋਨਾਂ ਵਿੱਚੋਂ ਹੀ ਪਰਿਭਾਸ਼ਾ ਕੀਤੀ ਹੈ। ਸੋ ਤਿੰਨ ਪਰਿਭਾਸ਼ਾਵਾਂ ਨੋਟ ਕਰ ਲਓ, ਡੇਵਿਡ ਈਸਟਨ ਦੀ ਪਰਿਭਾਸ਼ਾ, ਆਲਮੰਡ ਅਤੇ ਪਾਵੇਲ ਦੀ ਪਰਿਭਾਸ਼ਾ, ਰੋਬਰਟ ਡਹਿਲ ਦੀ ਪਰਿਭਾਸ਼ਾ ਐਂਡ ਆਈ ਥਿੰਕ ਹੋਰ ਜੇ ਤੁਸੀਂ ਕਰਨਾ ਚਾਹੋ ਰੋਬਰਟ ਡਹਿਲ, ਆਲਮੰਡ ਐਂਡ ਪਾਵੇਲ, ਜੇਸੀ ਪ੍ਰੈਨੋ ਵੀ ਹੈ, ਲਾਸਵੈਲ ਤੇ ਕੈਪਲਨ ਦੀ ਵੀ ਹੈ। ਮਤਲਬ ਤੁਸੀਂ ਤਿੰਨ ਚਾਰ ਪਰਿਭਾਸ਼ਾਵਾਂ ਯਾਦ ਰੱਖਣੀਆਂ ਨੇ, ਜਿਹਨਾਂ ਚੋਂ ਵੈਰੀ ਇੰਪੋਰਟੈਂਟ ਜੋ ਪਰਿਭਾਸ਼ਾ ਹੈ ਡੇਵਿਡ ਈਸਟਨ ਦੀ ਪਰਿਭਾਸ਼ਾ ਬਹੁਤ ਇੰਪੋਰਟੈਂਟ ਹੈ, ਰੋਬਰਟ ਡਹਿਲ ਦੀ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਇਹ ਸਾਰੀਆਂ ਪਰਿਭਾਸ਼ਾਵਾਂ ਤੁਸੀਂ ਕਰ ਲੈਣ। ਠੀਕ ਹੈ ਜੀ, ਇੱਥੇ ਤੁਹਾਨੂੰ ਇੱਕ ਨੰਬਰ ਦਾ ਕੁਸ਼ਚਨ ਆ ਸਕਦਾ। ਬੇਟੇ ਇੰਨਾ ਮੈਂ ਤੁਹਾਨੂੰ ਸ਼ਿਓਰ ਕਰ ਸਕਦੀ ਹਾਂ ਕਿ ਜੇ ਤੁਸੀਂ ਰਿਵੀਜ਼ਨ ਦੀ ਏ ਵਾਲੀ ਕਲਾਸ ਤੇ ਸ਼ੁੱਕਰਵਾਰ ਵਾਲੀ ਦੋ ਕਲਾਸਿਸ ਲਗਾ ਲੈਂਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਜੁਲਾਈ ਦੇ ਪੇਪਰ 'ਚ ਤੁਸੀਂ 20 ਦੇ ਵਿੱਚ ਅੱਬਲ ਦਾ 20 ਨੰਬਰ ਲਾਓਗੇ। ਜੇ ਹੋ ਸਕਦਾ ਤਾਂ ਇੱਕ ਅੱਧਾ ਨੰਬਰ ਘੱਟ ਵੀ ਸਕਦਾ ਜੇ ਤੁਸੀਂ ਕਿਤੇ ਗਲਤੀ ਕਰ ਗਏ ਤਾਂ, ਜੇ ਤੁਸੀਂ ਧਿਆਨ ਨਾ ਦਿੱਤਾ ਗਲਤੀ ਕਰ ਗਏ ਤਾਂ। ਵੈਸੇ ਜਿਹੜੇ ਬੱਚਿਆਂ ਨੇ ਧਿਆਨ ਨਾਲ ਲੈਸਨਸ ਕੀਤੇ ਹੋਏ ਆ ਉਹ ਬੱਚਿਆਂ ਦੇ ਨੰਬਰ ਕੱਟਣ ਦਾ ਮਤਲਬ ਨਹੀਂ ਹੈ। ਠੀਕ ਹੈ, ਔਰ ਇਹ ਸੋਚਣਾ ਹੈ ਹਰ ਪੇਪਰ ਇਹ ਸੋਚ ਕੇ ਦਿਓ ਕਿ ਇਹ ਮੇਰਾ ਪੱਕਾ ਪੇਪਰ ਹੈ। ਮੇਰੀ ਆਪਣੀ ਬੇਟੀ ਪਲੱਸ ਟੂ 'ਚ ਹੈ, ਮੈਂ ਆਪਣੀ ਬੇਟੀ ਨੂੰ ਵੀ ਇੱਕੋ ਗੱਲ ਕਹਿੰਦੀ ਹਾਂ ਕਿ ਹਰੇਕ ਸਕੂਲ ਦਾ ਟੈਸਟ, ਹਰੇਕ ਸਕੂਲ ਦਾ ਪੇਪਰ ਇਹ ਸੋਚ ਕੇ ਦਿਓ ਬੇਟੇ ਕਿ ਇਹ ਮੇਰੇ ਨੰਬਰ ਫਾਈਨਲ ਵਿੱਚ ਜੁੜਨੇ ਹਨ। ਸੋ ਟੇਕ ਇਟ ਸੀਰੀਅਸਲੀ। ਠੀਕ ਹੈ, ਸੋ ਆਪਣੇ ਇਹਨੂੰ ਥੋੜੇ ਧਿਆਨ ਨਾਲ। ਠੀਕ ਹੈ, ਅੱਜ ਵੀ ਅਸੀਂ ਦੇਖ ਰਹੇ ਹਾਂ ਬੜੇ ਥੋੜੇ ਬੱਚਿਆਂ ਨੇ ਕਲਾਸ ਜੁਆਇਨ ਕੀਤੀ ਹੈ, ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਉਹ ਹੀ ਪੜ੍ਹ ਰਹੇ ਹੈ। ਇੱਕ ਆਰਜ਼ੂ ਬੇਟੇ, ਮੈਨੂੰ ਨਾ ਅਟੈਂਡੈਂਸ ਜ਼ਰੂਰ ਲਾ ਦਿਓ, ਬਾਅਦ 'ਚ ਹੁਣੇ ਨਾ ਲਾਉਣ ਲੱਗ ਜਿਓ, ਅਟੈਂਡੈਂਸ ਲਾ ਦਿਓ ਵੀ ਕਿਹੜੇ ਕਿਹੜੇ ਬੱਚਿਆਂ ਨੇ ਕਲਾਸ ਜੁਆਇਨ। ਠੀਕ ਹੈ, ਇੱਥੋਂ ਕੁਸ਼ਚਨ ਆ ਸਕਦਾ। ਅੱਗੇ ਬੇਟੇ ਤੁਹਾਨੂੰ ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਕਰਾਈਆਂ ਹੋਈਆਂ ਮੈਂ ਆਪਣੀ ਗੱਲ ਦੱਸਦੀ ਹਾਂ, ਕਿਉਂਕਿ ਮੈਂ ਇਹ ਵੀ ਦੱਸਿਆ ਕਿ ਯੂਟਿਊਬ ਦੇ ਉੱਤੇ ਮੈਂ ਪਾ ਚੁੱਕੀ ਹਾਂ। ਜਿਹੜੇ ਬੱਚੇ ਲਾਈਵ ਕਲਾਸ ਲਾਉਣਾ ਚਾਹੁੰਦੇ ਆ ਯੂਟਿਊਬ ਤੋਂ, ਜਿਹੜੇ ਮਰਜ਼ੀ ਟਾਈਮ ਤੁਸੀਂ ਦਿਨ 'ਚ ਆਪਣਾ ਚੈਨਲ ਖੋਲ ਕੇ ਆਪਣਾ ਲਾ ਸਕਦੇ ਹੋ। ਸੋ ਰਾਜਨੀਤਿਕ ਪ੍ਰਣਾਲੀ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਬੱਚੇ, ਵਿਸ਼ੇਸ਼ਤਾਵਾਂ ਵਿੱਚੋਂ ਤੁਹਾਨੂੰ ਕਿਸੇ ਵੀ ਵਿਸ਼ੇਸ਼ਤਾ ਉੱਤੇ ਕੁਸ਼ਚਨ ਆ ਸਕਦਾ। ਠੀਕ ਹੈ, ਕਿਸੇ ਵੀ ਤਰ੍ਹਾਂ ਦੀ, ਕੀ ਹਰੇਕ ਦੇਸ਼ ਦੀ ਰਾਜਨੀਤਿਕ ਪ੍ਰਣਾਲੀ, ਹਰੇਕ ਦੇਸ਼ ਵਿੱਚ ਇੱਕ ਰਾਜਨੀਤਿਕ ਪ੍ਰਣਾਲੀ ਹੁੰਦੀ ਹੈ, ਸਹੀ ਜਾਂ ਗਲਤ? ਸਹੀ। ਠੀਕ ਹੈ ਜੀ, ਹਰੇਕ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਕੰਮ ਬਦਲਣ ਦਾ ਕੰਮ ਕਰਦੀ ਹੈ, ਸਹੀ? ਠੀਕ ਹੈ, ਤੁਹਾਨੂੰ ਕੋਈ ਵੀ ਕੁਸ਼ਚਨ ਵਿਸ਼ੇਸ਼ਤਾਵਾਂ ਤੇ, ਰਾਜਨੀਤਿਕ ਪ੍ਰਣਾਲੀ ਦੀ ਹੋਂਦ ਹਰੇਕ ਜਗ੍ਹਾ ਹੁੰਦੀ ਹੈ, ਸਰਵ ਵਿਆਪਕ ਹੈ, ਸਹੀ ਜਾਂ ਗਲਤ, ਇਹ ਆ ਸਕਦਾ। ਠੀਕ ਹੈ, ਇਸ ਤੋਂ ਇਲਾਵਾ ਰਾਜਨੀਤਿਕ ਪ੍ਰਣਾਲੀ ਦੀਆਂ ਕਈ ਉਪ ਪ੍ਰਣਾਲੀਆਂ ਹੁੰਦੀਆਂ ਹਨ, ਕਈ ਉਪ ਅੰਗ ਹੁੰਦੇ ਹਨ, ਇਹ ਇੱਥੇ ਕੁਸ਼ਚਨ ਆ ਸਕਦਾ। ਜਾਂ ਕੀ ਇੱਕ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਦਾ ਪ੍ਰਭਾਵ ਸਾਰੇ ਦੇਸ਼ਾਂ ਤੇ ਪੈਂਦਾ ਹੈ? ਮੰਨ ਲਓ ਇੱਕ ਦੇਸ਼ ਦੇ ਵਿੱਚ ਕੋਈ ਘਟਨਾ ਵਾਪਰੀ, ਠੀਕ ਹੈ, ਕਿਸੇ ਇੱਕ ਦੇਸ਼, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਾਊਦੀ ਅਰਬ ਦੇ ਦੇਸ਼, ਅਰਬ ਦੇ ਦੇਸ਼ਾਂ ਨੇ ਪੈਟਰੋਲ ਦੀਆਂ ਕੀਮਤਾਂ ਵਧਾ ਦਿੱਤੀਆਂ, ਕਿਆ ਉਹਦਾ ਅਸਰ ਸਾਡੀਆਂ ਸਾਰੇ ਦੇਸ਼ਾਂ ਦੀ ਪ੍ਰਣਾਲੀਆਂ ਤੇ ਪਏਗਾ? ਕੀ ਕਰੋਨਾ ਦਾ ਅਸਰ ਸਾਰੇ ਦੇਸ਼ਾਂ ਦੀ ਪ੍ਰਣਾਲੀਆਂ ਤੇ ਪਿਆ? ਕੀ ਸੋਨੇ ਦੀ ਕੀਮਤ ਵਧਣ ਦੇ ਉੱਤੇ ਸਾਰੇ ਦੇਸ਼ਾਂ ਦੇ ਪ੍ਰਭਾਵ ਪੈਂਦਾ ਹੈ? ਕੀ ਪੈਟਰੋਲ ਦੀਆਂ ਕੀਮਤਾਂ ਵਧਣ ਤੇ ਪੈ ਰਿਹਾ ਹੈ? ਮਤਲਬ ਇਸ ਤਰ੍ਹਾਂ ਦਾ ਤੁਹਾਨੂੰ ਜਨਰਲ ਨੌਲੇਜ ਦਾ ਵੀ ਕੋਈ ਕੁਸ਼ਚਨ ਆ ਸਕਦਾ ਜਿੱਥੇ ਤੁਹਾਨੂੰ ਦਿਮਾਗ ਯੂਜ਼ ਕਰਨਾ ਪੈ ਸਕਦਾ। ਸੋ ਵਿਸ਼ੇਸ਼ਤਾਵਾਂ ਨੂੰ ਲੈ ਕੇ ਤੁਹਾਨੂੰ ਕੋਈ ਵੀ ਕੁਸ਼ਚਨ, ਤੁਹਾਡਾ ਇੱਕ ਮੈਂ ਹੋਰ ਵਿਸ਼ੇਸ਼ਤਾ ਕਰਾਈ ਸੀ ਕਿ ਰਾਜਨੀਤਿਕ ਪ੍ਰਣਾਲੀ ਜੋ ਮਿਕਸਡ ਸਰੂਪ ਦੀ ਹੁੰਦੀ ਹੈ, ਸੱਭਿਆਚਾਰ ਦੇ ਤੌਰ ਤੋਂ ਮਿਕਸਡ ਮੀਨਸ ਉਹਦੇ 'ਚ ਨਵੀਆਂ ਗੱਲਾਂ ਵੀ ਹੁੰਦੀਆਂ ਹਨ, ਪੁਰਾਣੀਆਂ ਵੀ ਹੁੰਦੀਆਂ ਹਨ। ਇੰਗਲੈਂਡ ਦੇ ਵਿੱਚ ਰਾਜਾ ਰਾਣੀ ਪੁਰਾਣਾ ਉਦਾਹਰਣ ਹੈ। ਸੋ ਇਸ ਤਰੀਕੇ ਦੇ ਨਾਲ ਕੋਈ ਵੀ ਕੁਸ਼ਚਨ ਤੁਹਾਨੂੰ ਕੁਸ਼ਚਨ ਘੁਮਾ ਫਰਾ ਕੇ ਵੀ ਪੁੱਛਿਆ ਜਾ ਸਕਦਾ ਹੈ। ਜੇ ਕੋਈ ਕੁਸ਼ਚਨ ਸੋਚਣ ਵਾਲਾ ਹੋਇਆ ਤਾਂ ਮੇਰੀ ਰਿਕੁਐਸਟ ਹੈ ਕਿ 2 ਮਿੰਟ ਉਸ ਕੁਸ਼ਚਨ ਨੂੰ ਸੋਚਿਓ ਜ਼ਰੂਰ, ਫਿਰ ਸੋਚ ਕੇ ਉਹਨੂੰ ਕਰ। ਠੀਕ ਹੈ ਜੀ, ਉਸ ਤੋਂ ਅਗਲੀ ਗੱਲ ਅੱਗੇ ਬੇਟੇ ਤੁਹਾਨੂੰ ਕੁਸ਼ਚਨ ਆ ਸਕਦਾ ਹੈ, ਵੈਰੀ ਇੰਪੋਰਟੈਂਟ ਕੁਸ਼ਚਨ, ਕਿ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਕੀ ਹੈ? ਤਾਂ ਮੈਂ ਉਹ, ਮੈਨੂੰ ਲੱਗਦਾ ਕਲਾਸ ਵਿੱਚ ਮੈਂ 1000 ਵਾਰ ਇੱਕੋ ਗੱਲ ਬੋਲੀ ਸੀ ਕਿ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ ਹੈ, ਟੂ ਚੇਂਜ ਇਨਪੁੱਟ ਇਨ ਆਊਟਪੁੱਟ, ਇਨਪੁੱਟ ਇਨ ਆਊਟਪੁੱਟ। ਤੁਹਾਨੂੰ ਕੁਸ਼ਚਨ ਆ ਸਕਦਾ ਰਾਜਨੀਤਿਕ ਪ੍ਰਣਾਲੀ ਕਿਹੜੇ ਦੋ ਕੰਮ ਕਰਦੀ ਹੈ, ਇਨਪੁੱਟ ਅਤੇ ਆਊਟਪੁੱਟ? ਰਾਜਨੀਤਿਕ ਪ੍ਰਣਾਲੀ ਕਿਸ ਨੂੰ ਕਿਸ ਵਿੱਚ ਬਦਲਣ ਦਾ ਕੰਮ ਕਰਦੀ ਹੈ, ਨਿਵੇਸ਼ਾਂ ਨੂੰ ਨਿਕਾਸਾਂ ਵਿੱਚ, ਇਨਪੁੱਟ ਨੂੰ ਆਊਟਪੁੱਟ ਵਿੱਚ। ਠੀਕ ਹੈ, ਕੁਸ਼ਚਨ ਦੇਖੋ ਬੇਟੇ, ਕੁਸ਼ਚਨ ਪਾਉਣ ਵਾਲਾ ਤੁਹਾਨੂੰ ਕੁਸ਼ਚਨ ਕਿਸੇ ਵੀ ਤਰੀਕੇ ਦੇ ਨਾਲ ਪਾ ਸਕਦਾ, ਤੁਹਾਨੂੰ ਖਾਲੀ ਥਾਂ ਵੀ ਪਾ ਸਕਦਾ। ਤੁਹਾਨੂੰ ਕੁਸ਼ਚਨ ਆ ਸਕਦਾ ਲੋਕਾਂ ਦੀਆਂ ਮੰਗਾਂ ਨੂੰ ਡੈਸ਼ ਕਿਹਾ ਜਾਂਦਾ ਹੈ, ਕੀ ਕਿਹਾ ਜਾਂਦਾ ਹੈ? ਨਿਵੇਸ਼, ਨੋਟ ਕਰ ਲਓ, ਲੋਕਾਂ ਦੀਆਂ ਮੰਗਾਂ ਨੂੰ ਡੈਸ਼ ਕਿਹਾ ਜਾਂਦਾ ਹੈ, ਨਿਵੇਸ਼ ਕਿਹਾ ਜਾਂਦਾ ਹੈ, ਇਨਪੁੱਟ ਕਿਹਾ ਜਾਂਦਾ ਹੈ। ਤੁਹਾਨੂੰ ਕੁਸ਼ਚਨ ਆ ਸਕਦਾ ਹੈ ਪ੍ਰਣਾਲੀ ਵੱਲੋਂ ਲਏ ਗਏ ਨਿਰਣੇ ਜਾਂ ਕਾਨੂੰਨਾਂ ਨੂੰ ਡੈਸ਼ ਕਿਹਾ ਜਾਂਦਾ ਹੈ,
आउटपुट कहा जाता है, निकास कहा जाता है। मेरी गल समझ आ गई। राजनीतिक प्रणाली का मुख काम की है, निवेशा नू निकासा विच बदलना, टू चेंज इनपुट इन आउटपुट। ये भी आ सकता है। हरेक देश की राजनीतिक प्रणाली किन तरह के मुख काम करती है, दो तरह के, इनपुट फंक्शन आउटपुट फंक्शन। मेरी गल समझ आ गई। सो ये कोई भी क्वेश्चन बच्चे तुहानू कम्मा दे उत्ते किसी भी टाइप का क्वेश्चन तुहानू आ सकता है, तो तुसी याद रख। निवेश मतलब मंगा, निकास मतलब प्रणाली वालों ले गए निर्णय, बनाए गए कानून, बनाईया गई पॉलिसी। ठीक हो गया। उस तो अगली गल मैं फिर रिपीट कर रही हाँ, तुहानू आ सकता है कि जिवें आपां चार किते सी निवेश कार्ज, आपां चार तरह के किते सी। तुहानू क्वेश्चन आ सकता है हित सरूपीकरण तो की भाव है। हित सरूपीकरण मैं दस्या सी मंगा दे, मंगा दा बनना, मंगा दा बनना हित सरूपीकरण अखवांदा है। ठीक है। मंगा कौन रखदा सी? लोक अते लोकां दे समूह। जदो प्रणाली अगे मंगा रखदे सन तां उसनू हित सरूपीकरण कहा जांदा सी। ठीक। इसे तरीके दे नाल तुहानू क्वेश्चन आ सकदा है हित समूहीकरण तो की भाव है। तां की मतलब है समूहीकरण दा? मतलब लोकां वल्लों कीतियां गईयां मंगा नू इकट्ठा करन दा काम करके उस संबंधी आम नीतियां बनाउण नू हित समूहीकरण कहा जांदा है। और मैं दस्या सी इह काम राजनीतिक दलां राहीं कीता जांदा है। तुहानू क्वेश्चन आ सकदा है राज समाजीकरण किस नू कहा जांदा है? हांजी बेटे दसो कौन बोलना चाहुंदा है? हांजी बेटे कोई बच्चा कुछ पूछना चाहुंदा है? इज देयर एनीबॉडी? तुसी मैनूं पूछ सकदे हो। ठीक है। अपना माइक ऑन करके तुसी मैनूं पूछ सकदे हो। जे तुहाडे मन च कोई क्वेश्चन आंदा है तां तुसी मैनूं बेटे जरूर पूछो, क्योंकि कई बार हुंदा है असीं क्वेश्चन पुछदे नहीं ते ओही क्वेश्चन फिर पेपर च आ जांदा। सो जे कोई बच्चा पूछना चाहुंदा है ਤਾਂ ਮੈਨੂੰ ਮੈਮ ਕਹਿ ਕੇ ਆਪਣਾ ਮਾਈਕ ਆਨ ਕਰਕੇ ਮੈਂ ਰੁਕ ਕੇ ਤੁਹਾਡੀ ਗੱਲ ਸੁਣਾਂਗੀ, ਤੁਸੀਂ ਮੈਨੂੰ ਕੁਸ਼ਚਨ ਪੁੱਛ ਸਕਦੇ। ਠੀਕ ਹੈ ਜੀ। ਹਾਂਜੀ, ਅਗਲਾ ਕੁਸ਼ਚਨ ਤੁਹਾਨੂੰ ਮੈਂ ਦੱਸ ਰਹੀ ਸੀ, ਰਾਜਨੀਤਿਕ ਸਮਾਜੀਕਰਨ ਤੋਂ ਕੀ ਭਾਵ ਹੈ? ਰਾਜਨੀਤਿਕ ਸਮਾਜੀਕਰਨ ਮੈਂ ਲਿਖਵਾਇਆ ਹੋਇਆ, ਮੈਂ ਇੱਕ ਇੱਕ ਵਰਡ ਤੁਹਾਨੂੰ ਲਿਖਵਾਇਆ ਹੋਇਆ ਕਿ ਲੋਕਾਂ ਦੇ ਰਾਜਨੀਤੀ ਪ੍ਰਤੀ ਜੋ ਵਿਸ਼ਵਾਸ ਹੁੰਦੇ ਹਨ, ਭਾਵਨਾਵਾਂ ਹੁੰਦੀਆਂ ਹਨ, ਕਦਰਾਂ ਕੀਮਤਾਂ ਹੁੰਦੀਆਂ ਹਨ, ਦ੍ਰਿਸ਼ਟੀਕੋਣ ਹੁੰਦੇ ਹਨ, ਲੋਕ ਪ੍ਰਣਾਲੀ ਪ੍ਰਤੀ ਕੀ ਸੋਚਦੇ ਹਨ, ਪ੍ਰਣਾਲੀ ਨਾਲ ਕਿੰਨੇ ਕੁ ਜੁੜੇ ਹੋਏ ਹਨ, ਪ੍ਰਣਾਲੀ ਦੇ ਨਾਲ ਉਹਨਾਂ ਦੀ ਕਿੰਨੀ ਕੁ ਸਾਂਝ ਹੈ, ਇਹਨਾਂ ਸਭ ਨੂੰ ਆਪਾਂ ਕੀ ਕਹਿੰਦੇ ਹਾਂ? ਰਾਜਨੀਤਿਕ ਸੱਭਿਆਚਾਰ। ਤੇ ਜਦੋਂ ਰਾਜਨੀਤਿਕ ਸੱਭਿਆਚਾਰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਲਿਜਾਇਆ ਜਾਂਦਾ ਹੈ, ਕਾਇਮ ਰੱਖਿਆ ਜਾਂਦਾ ਹੈ, ਬਦਲਿਆ ਜਾਂਦਾ ਹੈ, ਤਾਂ ਇਸਨੂੰ ਆਪਾਂ ਰਾਜਨੀਤਿਕ ਸਮਾਜੀਕਰਨ ਕਹਿੰਦੇ ਹਾਂ। ਜੇ ਹੁਣ ਨਹੀਂ ਵੀ ਆਏਗਾ, ਹੁਣ ਤਾਂ 20 ਨੰਬਰ ਦਾ ਗੂਗਲ ਕੁਇਜ਼ ਆਏਗਾ, ਤਾਂ ਕਦੇ ਨਾ ਕਦੇ ਜਿੱਥੇ ਤੁਹਾਨੂੰ ਤੁਹਾਡੇ ਦਸੰਬਰ ਦੇ ਵਿੱਚ, ਸਪਟੰਬਰ ਤੁਹਾਡੇ ਪੇਪਰ ਹੋਣੇ ਹੈ, ਉੱਥੇ ਤੁਹਾਨੂੰ 2 ਨੰਬਰ 'ਚ 1 ਨੰਬਰ 'ਚ ਕੁਸ਼ਚਨ ਆ ਸਕਦਾ। ਰਾਜਨੀਤਿਕ ਭਰਤੀ ਉੱਤੇ ਕੁਸ਼ਚਨ ਆ ਸਕਦਾ ਕਿ ਭਰਤੀ ਤੋਂ ਕੀ ਭਾਵ ਹੈ? ਤਾਂ ਭਰਤੀ ਤੋਂ ਕੀ ਭਾਵ ਸੀਗਾ ਕਿ ਰਾਜਨੀਤਿਕ ਪ੍ਰਣਾਲੀ ਜਦੋਂ ਆਪਣੇ ਕੰਮ ਕਰਾਉਣ ਦੇ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨਿਯੁਕਤੀ ਕਰਦੀ ਹੈ ਤਾਂ ਉਸਨੂੰ ਰਾਜਨੀਤਿਕ ਭਰਤੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਕੰਮ ਕਰਾਉਣ, ਸੋ ਇਹਦੇ ਉੱਤੇ ਤੁਹਾਨੂੰ ਰਾਜਨੀਤਿਕ ਸੰਚਾਰ ਇਹ ਕੁਸ਼ਚਨ ਆ ਸਕਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਸੰਚਾਰ ਦਾ ਸਾਧਨ ਹੈ? ਅਖਬਾਰਾਂ, ਰੇਡੀਓ, ਟੈਲੀਵਿਜ਼ਨ, ਟਵਿੱਟਰ, ਫੇਸਬੁੱਕ, ਵਟਸਐਪ, ਦੀਜ ਆਲ ਆਰ ਦਾ ਪੋਲੀਟੀਕਲ ਮੀਨਸ ਆਫ ਪੋਲੀਟੀਕਲ ਕਮਿਊਨੀਕੇਸ਼ਨ, ਰਾਜਨੀਤਿਕ ਸੰਚਾਰ ਦੇ ਸਾਰੇ ਸਾਧਨ। ਤੇ ਰਾਜਨੀਤਿਕ ਸੰਚਾਰ ਆਪਾਂ ਕਿਹਨੂੰ ਕਹਿੰਦੇ ਸੀ? ਜੇ ਉਹ ਸਾਧਨ ਜਿਹਨਾਂ ਰਾਹੀਂ ਲੋਕਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਦੀਆਂ ਹਨ ਅਤੇ ਸਰਕਾਰ ਦੇ ਕੀਤੇ ਹੋਏ ਫੈਸਲੇ ਲੋਕਾਂ ਤੱਕ ਪਹੁੰਚਦੇ। ਇੱਥੇ ਕੁਸ਼ਚਨ ਆ ਸਕਦਾ ਹੈ। ਮੈਂ ਬਾਰ 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 ਤੁਸੀਂ ਕਹੋਗੇ ਕਿ ਮੈਮ ਇੱਕੋ ਗੱਲ ਕਿੰਨੀ ਵਾਰੀ ਕਹਿੰਦੇ ਆ, ਮੈਂ ਬਾਰ ਬਾਰ ਆਪਣੇ 25 ਸਾਲਾਂ ਤੋਂ ਪਿਛਲੇ ਬੱਚਿਆਂ ਨੂੰ ਇੱਕੋ ਗੱਲ ਸਮਝਾ ਰਹੀ ਹਾਂ ਕਿ ਬੱਚੇ ਮੈਂ ਤੁਹਾਨੂੰ ਪੂਰਾ ਲੈਸਨ ਕਰਾਤਾ, ਪੂਰਾ ਲੈਸਨ ਵਰਡ ਟੂ ਵਰਡ ਸਮਝਾਤਾ ਵਿਦ ਐਗਜ਼ਾਮਪਲਸ। 6 ਮੀਟਰ ਕੱਪੜਾ ਤੁਹਾਡੇ ਅੱਗੇ ਸੁੱਟਤਾ, ਸੂਟ ਕਹਿਣਗੇ ਸੂਟ ਬਣਾ ਦਿਓ, ਕੈਪਰੀ ਕਹਿਣਗੇ ਕੈਪਰੀ ਬਣਾ ਦਿਓ, ਨਿੱਕਰ ਕਹਿਣਗੇ ਨਿੱਕਰ ਬਣਾ ਦਿਓ, ਜੋ ਕਹਿਣਗੇ ਲੈਸਨ ਚੋਂ ਹੀ ਆਉਣਾ। ਕਈ ਬੱਚੇ ਇਕੱਲੇ ਪ੍ਰਸ਼ਨ ਉੱਤਰ ਯਾਦ ਕਰਦੇ, ਪ੍ਰਸ਼ਨ ਉੱਤਰ ਕਿੱਥੋਂ ਆਉਣੇ? ਲੈਸਨ ਚੋਂ ਹੀ ਆਉਣੇ। ਜੇ ਬੱਚੇ ਨੇ ਲੈਸਨ ਕੀਤਾ ਹੋਇਆ ਤਾਂ ਪ੍ਰਸ਼ਨ ਉੱਤਰ ਕਰਨ 'ਚ ਕੋਈ ਪ੍ਰੋਬਲਮ। 6 ਨੰਬਰ ਦਾ ਆਇਆ ਵੱਡਾ ਆ ਜਾਏਗਾ, 4 ਦਾ ਆਇਆ ਉਸ ਤੋਂ ਛੋਟਾ ਆ ਜਾਏਗਾ, 2 ਦਾ ਆਇਆ ਉਸ ਤੋਂ ਛੋਟਾ ਆ ਜਾਏਗਾ। 1 ਨੰਬਰ ਦੇ ਕੁਸ਼ਚਨ ਇੰਟੈਲੀਜੈਂਟ ਬੱਚੇ ਅਟੈਂਪਟ ਕਰਦੇ ਨੇ। 1 ਨੰਬਰ ਦਾ ਕੁਸ਼ਚਨ ਕਦੇ ਵੀ ਹੁਣ ਤੁਹਾਡਾ 1 ਨਹੀਂ ਆਏਗਾ। 1 ਨੰਬਰ ਦਾ ਕੁਸ਼ਚਨ ਤੁਹਾਨੂੰ 2 ਨੰਬਰ 'ਚ ਆਏਗਾ ਇਸ ਵਾਰੀ ਜੁਲਾਈ 'ਚ। ਹਰੇਕ ਕੁਸ਼ਚਨ ਤੁਹਾਡੇ 2 ਨੰਬਰ ਦਾ ਹੈ।
या हो सकता एक नंबर का भी हो, 20 क्वेश्चन होए तो एक नंबर का होएगा, जे 10 क्वेश्चन होए तो 2 नंबर का होएगा, वो तुहाडे उत्ते लिखिया होएगा। ठीक है, सो एक नंबर का क्वेश्चन कदे भी काली च नहीं करना। मैं अपने बच्चों को एको गल कहनी हुंदी हां भी एक नंबर का क्वेश्चन कदे भी काली च नहीं करना। क्यों? क्योंकि तुहाडे नंबर बनते भी एक नंबर च ही है ते कटते भी एक नंबर च। था करके कई बार असं अद्धा ही क्वेश्चन होंगे राजनीतिक प्रणाली के काम, असं कहते लैनिवेश निकाल सू पता ही है, ठा करके लिखता इदा नहीं करना। एक नंबर के क्वेश्चन नू हमेशा दो वारी तीन वारी पढ़ना, जो तुम सैटिस्फाई हो गए तो आंसर लिखना। यह नहीं भी एक बार लिखता एक बार कटता एक बार लिखता एक बार कटता। ठीक गलत बच्चे की करते हैं, पहले ठीक करता फिर किसी ने कहता नहीं नहीं ये तो गलत है, वह ठीक न कटता गलत करता, फिर कोई कहता नहीं नहीं तो ठीक सी फिर गलत न कट के फिर ठीक है ठीक है ला दें। Don't do like this. Never do like this. Be confident about your question. Attentively होके अपने question नू read करो, उन्हें समझने की कोशिश करो, याद करो की कराया सी, तब फिर तुसी अपने question नू attempt करो। ठीक है जी। उस तो अगली गल। जो अगली गल है, उधर विच की है कि तो अनु question जिधे तीन बड़े important question बनते, मेरे को तो बहुत ही important question, वो बनते ने निकास कर। एक नंबर च तुहानू क्वेश्चन पूछा जा सकता है कि राजनीतिक प्रणाली के निकास कार्यां दे नाम दसो, एक नंबर च भी पूछा जा सकता है, दो नंबर च भी पूछा जा सकता है क्वेश्चन। तो तुहाडे लई की है, पहला हैगा है नियम निर्माण कार्य, रूल मेकिंग या लॉ मेकिंग फंक्शन। दूसरा हैगा है नियम प्रयोग कार्य, लॉ एप्लीकेशन या रूल एप्लीकेशन फंक्शन। तीसरा हैगा है साडा नियम निर्णा कार्य, मैं तुहानू कराया सीगा। ठीक है ना, रूल आपां कह सकते हैं एडुकेशन कह सकते हैं, रूल सेफ गार्ड कह सकते हैं, रूल इंप्लीमेंटेशन तो चलो लागू करना तो वो चाहिए, कानून की व्याख्या करनी इंटरप्रिटेशन ऑफ लॉज ये आ सकता। सो ये तीन नाम तुसी याद रखने। अगले जो तीन इंपॉर्टेंट क्वेश्चन बनते हैं नोट करी जाओ, मैनू लगता है कि जेडे इंटेलीजेंट बच्चे हैं जरूर नोट कर रहे हो। तुहानू क्वेश्चन आ सकता है एक नंबर च, नियम निर्माण कार्य कौन करता है, हू डज द लॉ मेकिंग फंक्शन, कौन करता है, विधान पालिका। ठीक है, लेजिस्लेचर। दूजा क्वेश्चन तो ठा करके बनता है, नियम प्रयोग कार्य कौन करता है, रूल एप्लीकेशन कौन करता है, कार्यपालिका एग्जेक्टिव। तीसरा है क्वेश्चन, नियम लागू करन दा काम कौन करता है, न्यायपालिका जुडिशरी। तीन क्वेश्चंस एकदम एक एक नंबर दे ही बनते हैं। कई बार असं चार नंबर दे विच बोर्ड दे पेपर च क्वेश्चन पाने हैं, नियम निर्माण कार्यां दा वर्णन करो या सीधा निकास कार्यां दा वर्णन करो। निकास कार्यां दे विच तुसी की है, यह तीन तीन कार्य तुसी पाने। मेरी गल समझ आ गई, नियम निर्माण, नियम प्रयोग, नियम निर्माण। लगी मेरी गल समझ? सो नियम निर्माण कार्य कौन करता है, विधान पालिका लैजिस्लेचर। नियम प्रयोग कार्य कौन करता है, कार्यपालिका एग्जेक्टिव। नियम निर्णय कार्य कौन करता है, जुडिशरी न्यायपालिका। ये तीन क्वेश्चन तुहाडे वेरी इंपॉर्टेंट कर, नोट कर ले। मैं चला अगे, हाँ जी बड़े मैं चला अगे, एक लाइट चली जाती है गर्मी बहुत। हेलो जी, नोट करी जा रहे हो ना, नोट करी जाओ। हाँ जी चलो हम करो अपने अगे प्रणाली ढांचे कि ढांचे अंग स्ट्रक्चर पार्ट कुछ भी पूछ सकता है क्वेश्चन बन। राजनीतिक प्रणाली के ढांचे कि दो तरह के, नंबर एक रस्मी, नंबर दो गैर रस्मी, फॉर्मल इनफॉर्मल। नोट कर लो, राजनीतिक प्रणाली के ढांचे कितनी तरह के ने, दो तरह के, रस्मी ढांचे गैर रस्मी ढांचे। इंग्लिश दे विच स्ट्रक्चर्स ऑफ पॉलिटिकल सिस्टम, फॉर्मल स्ट्रक्चर इनफॉर्मल स्ट्रक्चर। फॉर्मल स्ट्रक्चर में किहड़े दसे सी, ओ अंग जो राजनीतिक प्रणाली का काम सीधे तौर पर करते हैं, सीधे काम च हेल्प करते हैं, वह की आ गए, रस्मी या फॉर्मल स्ट्रक्चर। ओ अंग जिहड़े राजनीतिक प्रणाली का काम सीधे तौर पर हेल्प करते हैं, डायरेक्ट नहीं बट इनडायरेक्टली वो सारा काम च हेल्प करते हैं, उन्हां तो बिना भी काम नहीं चल सकता, वो आ गए इनफॉर्मल गैर रस्मी। हुण रस्मी ढांचे च मैं तुहानूं दस्सिया सी विधान पालिका कार्यपालिका न्यायपालिका, तुहानूं मैं दस्सिया सी विधान पालिका कार्यपालिका न्यायपालिका, ये की है साडे रस्मी ढांचे। ठीक है,
दूसरे की है साढ़े 11वें ढांचे। ठीक है, रस्मी ढांचे है, दूसरे की है साढ़े 11वें ढांचे। राजनीतिक दल, संचार दे साधन, ये सारे साढ़े 11वें ढांचे। लगी मेरी गल समझ? सो इहदे ते तुहानू क्वेश्चन आ सकदा। एक तुहानू जिहड़ा होर इंपोर्टेंट क्वेश्चन आ सकता है, वह बच्चे तुहानू आ सकता है कि डेविड ईस्टन अनुसार राजनीतिक प्रणाली के ढांचे या अंगा के नाम दसो। नोट करो, वेरी 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 इंपोर्टेंट क्वेश्चन फाइनल पेपर के लिए कि डेविड ईस्टन ने राजनीतिक प्रणाली के ढांचे केड़े केड़े दसे हैं, अंग केड़े केड़े दसे हैं। वह मैं तीन लिखाए थे, याद करो, राजनीतिक समुदाय, पोलिटिकल कम्यूनिटी, दूसरा लिखाया सी शासन, शासन दे अधिकारी, तीसरा लिखाया सी अधिकारी वर्ग, अधिकारी ते कर्मचारी वर्ग। पोलिटिकल कम्यूनिटी, रूलर्स, ठीक है, एंड थर्ड इज ऑफिशियल्स, कर्मचारी ते अधिकारी वर्ग। ठीक है, मैं एक बार तुहानू अथॉरिटीज, ठीक है, तुहाडी बुक्स विच दिता होगा पोलिटिकल कम्यूनिटी, सैकेंड इज शासन नूं दिता होया रिजीम, एंड थर्ड अधिकारी वर्ग नूं दिता होया अथॉरिटीज। सो ये तुहानू बहुत इंपॉर्टेंट है कि जदों तुहानू पुछ लिया कि डेविड ईस्टन के अनुसार राजनीतिक प्रणाली ते अंग दसो। हुण बेटे बड़े ध्यान नाल मेरी गल सुन रहे, बच्चे किदां कन्फ्यूज होंदे, दो गल्लां। पहला बंदा तुहानू क्वेश्चन पुछ लैंदा है कि राजनीतिक प्रणाली के अंग दसो या स्ट्रक्चर्स ऑफ पोलिटिकल सिस्टम, तां तुहाडा जवाब होना चाहिए है रस्मी अते गैर रस्मी, फॉर्मल एंड इनफॉर्मल। जे तुहाडे नाल क्वेश्चन च पै गया डेविड ईस्टन कि डेविड ईस्टन अनुसार राजनीतिक प्रणाली के अंग दसो, हुण नाल अखर आ गया डेविड ईस्टन, जे डेविड ईस्टन अनुसार राजनीतिक प्रणाली के अंग पुछ ले तो फिर तुहाडा जवाब की होएगा, तीन अंग, फिर दो नहीं लिखने, रस्मी गैर रस्मी नहीं लिखना, फिर तीन अंग ने डेविड ईस्टन अनुसार। नंबर एक राजनीतिक समुदाय, पोलिटिकल कम्यूनिटी, नंबर दो शासन रजीम, नंबर तीन अधिकारी वर्ग अथॉरिटीज। हुण पहला क्वेश्चन नूं पढ़ना है भी पुछया की है, डेविड ईस्टन अनुसार पुछे ने कि वैसे ही राजनीतिक प्रणाली के अंग या ढांचे पुछे। ठीक है जी, इहदे उत्ते भी तुहानू क्वेश्चन बेटे पै सकदा है। एक तुहानू जदों तुहाडे फाइनल पेपर होणगे या जिथे दो नंबर या चार नंबर का आएगा उत्थे तुहानू कई बार एक नंबर च क्वेश्चन लिखण च, क्योंकि लिखना पएगा ना, हुण तो गूगल शीट आ रही है, फिर तो लिखना पएगा। हुण तो तुसीं जस्ट टिक करना है भी आह ऑप्शन दिस 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 दिस, पर जदों तुहाडा पेपर होएगा उदों तुहानू लिखना पै सकदा। उत्थे तुहानू क्वेश्चन आ जांदा है फीडबैक लूप। जिहड़ा मेरा यह लैक्चर है इहनूं ये ना सोचना कि सिर्फ जुलाई के पेपर लई है, इहनूं ये सोचो कि चाहे जुलाई का पेपर है, चाहे सितंबर का पेपर है, चाहे दिसंबर का है, चाहे मार्च के फाइनल एग्जाम्स है, इना ये जिहड़ा तुहाडा लैक्चर है ये हमेशा ही तुहाडी रिविजन के लिए ये लैक्चर अपना तैयार रखना। याद रहेगी मेरी गल, तीन लैसन की रिविजन हो रही है तुहाडी, राजनीतिक प्रणाली की होएगी, संस्थी प्रणाली की होएगी, लोकतंत्र वाले लैसन की होएगी, तीन लैसन की रिविजन। पेपर के पॉइंट ऑफ व्यू तो मतलब ही नहीं, 100 विचों 100% मैं आई एम श्योर कि इन्हों तो बाहर कोई क्वेश्चन मैनू नहीं लगता कोई आ पाएगा। जो इन केस किसी ने मान लो पा भी दिए, मान लेंगे कोई क्वेश्चन आ भी गया, तो तुम इन्ने कैपेबल जरूर होंगे कि उन्होंने सोच के तुम आप बना के लिख सकते। ठीक है जी। हाँ जी बेटे, मैं तुम्हें अगली गल की दस रही थी, ढांचे राजनीतिक प्रणाली के ढांचे हो गए। अगे तुम आ सकता है फीडबैक लूप का मॉडल किसने दिता, फीडबैक लूप का मॉडल किसने दिता, तो किने दिता सीगा बेटे, डेविड ईस्टन। ठीक है, फीडबैक लूप, फीडबैक लूप याद है तुम्हें, फीडबैक लूप याद है, मैं चित्र बनवाया सी, ये देख लो एक बार पेज, मैं बुक नाल रखी हुई है, वो तुम भुल ना जाओ, आ देखो दिस इज द फीडबैक लूप। याद है लोकी प्रणाली को मंगा रखते हैं, जो लोग मंगा रखते हैं तो प्रणाली उत्ते वातावरण का प्रभाव पैंदा है, लोगों दी मंगा प्रणाली को जांदियां, प्रणाली उन्हां मंगा संबंधी निर्णय लैंदी है, पॉलिसीज बनाती है, कानून बनाती है, जेकर लोग उन्हां कानूनों तो संतुष्ट होंदे हन तां नवीं मंगा प्रणाली को आ जांदियां, पर जेकर लोग उन्हां मंगा तो संतुष्ट नहीं होंदे, फैसलिया तो कानूनों तो संतुष्ट नहीं है, तो की है वह कानून वह फैसले एक बार फिर मंग बन के प्रणाली के सामने आ जाती है। दिस मॉडल इज कॉल्ड द फीडबैक लूप, मुड़ कच्चा निवेश बनाने की प्रक्रिया। समझ आ गई, डेविड ईस्टन ये मॉडल किने दिता सीगा, डेविड ईस्टन ने दिता सी। इन केस तुहानू एक नंबर दे विच क्वेश्चन आ गया
ਕਿ ਫੀਡਬੈਕ ਲੂਪ ਤੋਂ ਕੀ ਭਾਵ ਹੈ, ਇੱਕ ਨੰਬਰ 'ਚ ਪੁੱਛਿਆ ਅਗਲੇ, ਤਾਂ ਤੁਹਾਡਾ ਜਵਾਬ ਕੀ ਹੈ ਕਿ ਪ੍ਰਣਾਲੀ ਜੋ ਮੰਗਾਂ ਸੰਬੰਧੀ ਨਿਰਣੇ ਲੈ ਕੇ ਫੈਸਲੇ ਲੈਂਦੀ ਹੈ, ਜੇਕਰ ਲੋਕ ਉਹਨਾਂ ਫੈਸਲਿਆਂ ਤੋਂ ਸੰਤੁਸ਼ਟ ਨਹੀਂ ਹੁੰਦੇ ਤਾਂ ਉਹ ਫੈਸਲੇ ਉਹ ਪ੍ਰਣਾਲੀ ਦੇ ਨਿਰਣੇ ਇੱਕ ਵਾਰ ਫਿਰ ਮੰਗ ਦੇ ਰੂਪ 'ਚ ਪ੍ਰਣਾਲੀ ਦੇ ਸਾਹਮਣੇ ਪਹੁੰਚ ਜਾਂਦੇ ਹਨ। ਇਸ ਪ੍ਰਕਿਰਿਆ ਨੂੰ ਫੀਡਬੈਕ ਲੂਪ ਕਿਹਾ ਜਾਂਦਾ ਹੈ। ਸੋ ਇਹਨੂੰ ਬੇਟੇ ਕਰ ਲਿਓ। ਫੀਡਬੈਕ ਲੂਪ ਦੋ ਨੰਬਰ ਜਾਂ ਚਾਰ ਨੰਬਰ 'ਚ, ਇਨਕੇਸ ਮੈਂ ਪੇਪਰ ਪਾਵਾਂ ਬੋਰਡ ਦਾ, ਮੈਂ ਪਾਉਣਾ ਹੀ ਪਾਉਣਾ। ਵੈਰੀ ਇੰਪੋਰਟੈਂਟ, ਨੋਟ ਇੰਪੋਰਟੈਂਟ, ਵੈਰੀ 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 ਇੰਪੋਰਟੈਂਟ ਕੁਸਚਨ, ਠੀਕ ਹੈ। ਬੱਚੇ ਮੈਨੂੰ ਕਹਿ ਦਿੰਦੇ ਨੇ ਕਿ ਮੈਮ ਤੁਸੀਂ ਹਰ ਕੁਸਚਨ ਨੂੰ ਕਹਿ ਦਿੰਦੇ ਵੈਰੀ 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 ਇੰਪੋਰਟੈਂਟ ਕੁਸਚਨ, ਬੇਟੇ ਆਉਣਾ ਹੀ ਆ। ਹੁਣ ਕੁਸਚਨ ਪੇਪਰ 'ਚੋਂ ਹੀ ਆਉਣੇ, ਇਸ ਸਾਲ ਇੱਕ ਆ ਗਿਆ, ਅਗਲੇ ਸਾਲ ਦੂਜਾ ਆ ਗਿਆ, ਅਗਲੇ ਸਾਲ ਤੀਸਰਾ ਆ ਗਿਆ, ਅਗਲੇ ਸਾਲ ਚੌਥਾ ਆ ਗਿਆ। ਸੋ ਇਸੇ ਤਰੀਕੇ, ਠੀਕ ਹੈ ਜੀ। ਇੱਕ ਤੁਹਾਡਾ ਕੁਸਚਨ ਆ ਜਾਂਦਾ ਹੈ, ਬੜਾ ਇੰਪੋਰਟੈਂਟ ਕੁਸਚਨ ਹੈ, ਰਾਜਨੀਤਿਕ ਪ੍ਰਣਾਲੀ ਦੀ ਪਰਿਵਰਤਨ ਪ੍ਰਕਿਰਿਆ ਤੋਂ ਕੀ ਭਾਵ ਹੈ। ਨੋਟ ਕਰੋ, ਵਟ ਇਜ਼ ਦਾ ਕਨਵਰਸ਼ਨ ਪ੍ਰੋਸੈਸ ਆਫ ਪੋਲੀਟੀਕਲ ਸਿਸਟਮ, ਵਟ ਇਜ਼ ਦਾ ਕਨਵਰਸ਼ਨ ਪ੍ਰੋਸੈਸ, ਪਰਿਵਰਤਨ ਪ੍ਰਕਿਰਿਆ। ਦੋ ਮਿੰਟ ਰੁਕ ਜਾਓ, ਵੇਟ ਕਰੋ ਖੁਰਸ਼ਾਦ, ਵੇਟ ਕਰੋ ਬੇਟੇ, ਵੇਟ ਕਰੋ, ਜਾਓ ਨਹੀਂ ਤਾਂ ਚੀਮਾ ਮੈਮ ਨੂੰ ਮਿਲੋ, ਆਪਣੇ ਇੰਚਾਰਜ ਨੂੰ ਮਿਲੋ, ਜਾ ਕੇ ਉੱਧਰ ਚੱਲ ਜਾਓ ਮੈਮ ਕੋਲ। ਰਾਜਨੀਤਿਕ ਪ੍ਰਣਾਲੀ ਦੀ ਪਰਿਵਰਤਨ ਪ੍ਰਕਿਰਿਆ ਤੋਂ ਕੀ ਭਾਵ ਹੈ। ਪਰਿਵਰਤਨ ਪ੍ਰਕਿਰਿਆ ਦਾ ਨੋਟ ਕਰ ਲਓ, ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ ਰਾਜਨੀਤਿਕ ਪ੍ਰਣਾਲੀ ਦੀ ਪਰਿਵਰਤਨ ਪ੍ਰਕਿਰਿਆ ਹੈ। ਨੋਟ ਕਰ ਲਓ, ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ ਰਾਜਨੀਤਿਕ ਪ੍ਰਣਾਲੀ ਦੀ ਪਰਿਵਰਤਨ ਪ੍ਰਕਿਰਿਆ ਹੈ। ਟੂ ਚੇਂਜ ਇਨਪੁੱਟ ਇਨਟੂ ਆਊਟਪੁੱਟਸ ਇਜ਼ ਦਾ ਕਨਵਰਸ਼ਨ ਪ੍ਰੋਸੈਸ ਆਫ ਪੋਲੀਟੀਕਲ ਸਿਸਟਮ। ਇਹ ਬਹੁਤ ਇੰਪੋਰਟੈਂਟ ਕੁਸਚਨ ਹੈ, ਠੀਕ ਹੈ ਜੀ। ਅੱਗੇ ਬੇਟੇ ਆਪਾਂ ਗੱਲ ਕਰੀਏ ਰਸਮੀ ਗੈਰ ਰਸਮੀ ਢਾਂਚੇ ਹੋ ਗਏ, ਠੀਕ ਹੈ ਜੀ। ਉਸ ਤੋਂ ਇਲਾਵਾ ਤੁਹਾਨੂੰ ਡੇਵਿਡ ਈਸਟਨ ਦਾ ਮਾਡਲ ਹੋ ਗਿਆ, ਰਾਜਨੀਤਿਕ ਪ੍ਰਣਾਲੀ ਦੇ ਕਾਰਜ ਹੋ ਗਏ, ਠੀਕ ਹੈ। ਤੁਹਾਨੂੰ ਆ ਸਕਦਾ ਹੈ, ਬੜਾ ਇੰਪੋਰਟੈਂਟ ਨੋਟ ਕਰੋ, ਕਿ ਮੰਗਾਂ ਦੀ ਤੁਲਨਾ ਕਿਹਦੇ ਨਾਲ ਕੀਤੀ ਗਈ ਹੈ। ਮੰਗਾਂ, ਨਿਵੇਸ਼ ਮੰਗਾਂ ਦੀ ਤੁਲਨਾ ਕਿਹਦੇ ਨਾਲ ਕੀਤੀ ਹੈ। ਤਾਂ ਜਿਹੜੇ ਬੱਚਿਆਂ ਨੇ ਲੈਸਨ ਸੁਣਿਆ, ਮੈਂ ਤੁਹਾਨੂੰ ਦੱਸਿਆ ਸੀ, ਨਿਵੇਸ਼ ਮੰਗਾਂ ਭਾਵ ਲੋਕਾਂ ਦੀਆਂ ਮੰਗਾਂ ਨੂੰ ਕਿਹਦੇ ਨਾਲ ਮਿਲਾਇਆ ਗਿਆ ਹੈ, ਕੱਚੇ ਮਾਲ ਦੇ ਨਾਲ। ਮੈਂ ਤੁਹਾਨੂੰ ਦੱਸਿਆ ਸੀ ਕਿ ਜੇਕਰ ਕੱਚਾ ਮਾਲ ਨਹੀਂ ਹੋਏਗਾ ਤਾਂ ਪੱਕਾ ਮਾਲ ਨਹੀਂ ਬਣ ਸਕਦਾ। ਠੀਕ ਇਸੇ ਤਰੀਕੇ ਦੇ ਨਾਲ ਜੇ ਲੋਕਾਂ ਦੀਆਂ ਮੰਗਾਂ ਨਹੀਂ ਹੋਣਗੀਆਂ ਤਾਂ ਪ੍ਰਣਾਲੀ ਦੇ ਕੰਮ ਸ਼ੁਰੂ ਨਹੀਂ ਕੀਤੇ ਜਾ ਸਕਦੇ। ਸੋ ਮੰਗਾਂ ਦੀ ਤੁਲਨਾ ਕਿਹਦੇ ਨਾਲ, ਨਿਵੇਸ਼ਾਂ ਦੀ ਤੁਲਨਾ ਕਿਹਦੀ ਕੀਤੀ ਹੋਈ ਹੈ, ਕੱਚੇ ਮਾਲ ਦੇ ਨਾਲ। ਦੂਜੀ ਚੀਜ਼ ਮੈਂ ਤੁਹਾਨੂੰ ਦੱਸੀ ਸੀ, ਨਿਵੇਸ਼ ਸਮਰਥਨ, ਸਾਥ ਦੇਣਾ। ਨਿਵੇਸ਼ ਸਮਰਥਨ ਮੈਨੇ ਮੰਗਾਂ ਨੂੰ ਸਾਥ ਦੇਣਾ, ਇਨਪੁੱਟ ਸਪੋਰਟ। ਔਰ ਮੈਂ ਤੁਹਾਨੂੰ ਦੱਸਿਆ ਸੀਗਾ ਇਹਦੀ ਤੁਲਨਾ ਕਿਹਦੇ ਨਾਲ ਕੀਤੀ ਗਈ ਹੈ, ਇੰਧਨ ਦੇ ਨਾਲ, ਫਿਊਲ ਦੇਣਾ, ਇੰਧਨ ਨਾਲ, ਫਿਊਲ ਨਾਲ। ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਕਿ ਮੰਨ ਲਓ ਮੈਂ ਐਗਜ਼ਾਮਪਲ ਤੁਹਾਨੂੰ ਪਾਈ ਸੀ ਕਿ ਜੇ ਆਪਾਂ ਨੇ ਚੀਨੀ ਬਣਾਉਣੀ ਹੈ ਤਾਂ ਸਾਡੇ ਕੋਲ ਗੁੜ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਗੁੜ ਬਣਾਉਣਾ ਹੈ, ਠੀਕ ਹੈ, ਗੰਨੇ ਦਾ ਹੋਣਾ ਬਹੁਤ ਜ਼ਰੂਰੀ ਹੈ, ਸੋਰੀ, ਠੀਕ ਹੈ, ਜੇ ਚੀਨੀ ਬਣਾ ਰਹੇ ਹਾਂ ਆਪਾਂ ਤਾਂ ਸਾਡੇ ਕੋਲ ਗੰਨੇ ਦਾ ਹੋਣਾ ਬਹੁਤ ਜ਼ਰੂਰੀ ਹੈ। ਗੰਨਾ ਇਸ ਦਾ ਕੱਚਾ ਮਾਲ, ਰੋ ਮਟੀਰੀਅਲ। ਤੇ ਜੇ ਆਪਾਂ ਨੇ ਚੀਨੀ ਦੀ ਫੈਕਟਰੀ ਲਾਈ ਹੈ, ਸਾਡੇ ਕੋਲ ਕੱਚਾ ਮਾਲ ਗੰਨਾ ਵੀ ਪਿਆ ਹੈ, ਮਜ਼ਦੂਰ ਵੀ ਹੈਗੇ ਹੈ, ਮਸ਼ੀਨਾਂ ਵੀ ਹੈਗੀਆਂ, ਪਰ ਲਾਈਟ ਹੀ ਨਹੀਂ ਹੈਗੀ, ਜਨਰੇਟਰ ਹੀ ਨਹੀਂ ਹੈਗਾ, ਡੀਜ਼ਲ ਹੀ ਨਹੀਂ ਹੈਗਾ, ਕੋਲਾ ਹੀ ਨਹੀਂ ਹੈਗਾ, ਤਾਂ ਮਸ਼ੀਨਾਂ ਚੱਲਣੀਆਂ ਕਿਹਦੇ ਨਾਲ ਹੈ, ਸਾਨੂੰ ਫਿਊਲ ਦੀ ਚਾਲਕ ਸ਼ਕਤੀਆਂ ਦੀ ਲੋੜ ਹੈ। ਠੀਕ ਇਸੇ ਤਰੀਕੇ ਨਾਲ ਨਿਵੇਸ਼ ਮੰਗਾਂ ਨੂੰ ਆਪਾਂ ਮੰਨਦੇ ਹਾਂ ਕੱਚਾ ਮਾਲ, ਜਦੋਂ ਕਿ ਨਿਵੇਸ਼ ਸਮਰਥਨ ਨੂੰ ਆਪਾਂ ਮੰਨਦੇ ਹਾਂ ਸਪੋਰਟ। ਸਪੋਰਟ ਮੀਨਸ ਫਿਊਲ, ਚਾਲਕ ਸ਼ਕਤੀ, ਠੀਕ ਹੈ। ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ। ਵੈਸੇ ਮੈਨੂੰ ਨਹੀਂ ਲੱਗਦਾ ਕਿ ਇੰਨਾ ਟਫ ਪੇਪਰ ਹੋਏਗਾ, ਬਟ ਫਿਰ ਵੀ ਪੁੱਛਿਆ ਜਾ ਸਕਦਾ। ਮਾਰਚ ਦੇ ਪੇਪਰਾਂ ਤੱਕ, ਫਾਈਨਲ ਪੇਪਰਾਂ ਤੱਕ ਤਿਆਰੀ ਹੋਣੀ ਚਾਹੀਦੀ ਹੈ। ਵੈਸੇ ਵੀ ਮੇਰੀ ਇੱਕ ਉਦੇਸ਼ ਹੈ, ਮੈਂ ਇਹ ਸੋਚਦੀ ਹੁੰਦੀ ਹਾਂ ਕਿ ਜੇ ਜੰਗ ਦੇ ਮੈਦਾਨ 'ਚ ਜਾਓ, ਠੀਕ ਹੈ, ਜੇ ਕਿਸੇ ਨਾਲ ਲੜਾਈ ਕਰਨ ਜਾਓ ਤਾਂ ਖਾਲੀ ਹੱਥ ਨਹੀਂ ਜਾਈਦਾ, ਤਿਆਰੀ ਕਰਕੇ ਜਾਈਦੀ ਹੁੰਦੀ ਹੈ। ਕੋਈ ਪਤਾ ਨਹੀਂ ਅੱਗੋਂ ਅਗਲਾ ਬੰਦਾ ਰੈਫਲਾ ਚੱਕੀ ਖੜਾ ਹੋਵੇ, ਤੁਹਾਡੇ ਕੋਲ ਵੀ ਤਿਆਰੀ ਹੋਣੀ ਚਾਹੀਦੀ। ਸੋ ਇਸੇ ਤਰੀਕੇ ਦੇ ਨਾਲ ਪੇਪਰ ਦੇ ਵਿੱਚ ਹਮੇਸ਼ਾ ਤਿਆਰੀ ਕਰਕੇ ਜਾਓ। ਕਿਸ ਟਾਈਪ ਦਾ ਕੁਸਚਨ, ਔਖੇ ਦੀ ਤਿਆਰੀ ਕੀਤੀ ਹੋਏਗੀ, ਸੌਖਾ ਆ ਜਾਏਗਾ ਤੁਸੀਂ ਖੁਸ਼ ਹੋ ਜਾਓਗੇ ਵੀ ਲੈ ਇੰਨਾ ਔਖਾ ਯਾਦ ਕਰਦੇ ਰਹੇ, ਇੰਨਾ ਸੌਖਾ ਪੇਪਰ ਸੀ। ਪਰ ਜੇ ਸੌਖੇ ਦੀ ਤਿਆਰੀ ਕੀਤੀ, ਔਖਾ ਆ ਗਿਆ, ਫਿਰ ਕੰਮ ਖਰਾਬ ਹੋ ਜਾਣਾ। ਮੇਰੀ ਗੱਲ ਸਮਝ ਆ ਗਈ? ਸੋ ਇਸ ਚੀਜ਼ ਨੂੰ ਧਿਆਨ ਚ ਰੱਖਿਓ।
अच्छा, उस तो अगे बेटे तुहानूं क्वेश्चन आ सकदा है राज अते राजनीतिक प्रणाली विच अंतर। तुहानूं फिलिंग दी ब्लैंक्स आ सकदा है। राज एक पुरानी धारणा है जदों की राजनीतिक प्रणाली एक डैश नवी धारणा है। तुहानूं आ सकदा है राज दे चार अंग हुंदे हन। कुलदीप थोड़ी हौली, प्लीज 2 मिनट थोड़ी हौली। राजनीतिक ठीक है, तुहानूं आ सकदा है। राज केड़े दो काम करता है, जरूरी काम इच्छुक काम। दूसरे पास तुहानूं क्वेश्चन आ सकता है राजनीतिक प्रणाली के दो काम निवेशां नूं निकासां च बदल। ये भी तुहानूं अंतर अंतर करना, तुहानूं किसी भी टाइप का क्वेश्चन आ सकता। कुलदीप मैडम प्लीज ठीक है। अच्छा बेटे, होर तुहानूं क्वेश्चन है इहदे विचों राज अते राजनीतिक प्रणाली च तुहानूं कार्यां संबंधी आ सकता है। हाँ, तुहानूं बहुत इंपोर्टेंट क्वेश्चन आ सकता है। राज दी सर्वोच्च शक्ति नूं की कहा जांदा है? प्रभुसत्ता, सोवरेनिटी। जदों की राजनीतिक प्रणाली दी सर्वोच्च शक्ति नूं की कहा जांदा है? उचित कानूनी नियमित जबर शक्ति। यह बहुत इंपोर्टेंट क्वेश्चन है। फिलिंग दी ब्लैंक्स आ सकता है, किसी होर रूप च आ सकता है, किसी तरह भी घुमा फिरा के आ सकता है। तुहानूं यह भी आ सकता है राज निराकार है जदों की राजनीतिक प्रणाली साकार है। राज एक तरह का होंदा है जदों की राजनीतिक प्रणालियां कई तरह दियां होंदियां। राज स्थिर होंदा है जदों की राजनीतिक प्रणालियां समय समय से बदलदियां रहिंदियां। सो बेटे, इस टाइप का कोई क्वेश्चन तुहानूं हाँ या ना, फिलिंग दी ब्लैंक्स, चारा चो एक ऑप्शन कढ़नी, ठीक गलत दसना, तुहानूं किसी भी टाइप का क्वेश्चन लैसन दे विचों पाया जा सकता है। पर जे आपां जुलाई के पेपर की गल करिए तो मैं फिर यही गल रिवाइज कर रही हूँ। जुलाई के पेपर से तुहानूं मल्टीपल चॉइस, फिलिंग दी ब्लैंक्स, यस नो या ऑप्शन देनी, इहदे विच तुहानूं क्वेश्चन पाया जाएगा। सो तुसीं उहनूं ध्यान नाल पढ़ना है। मेरे हिसाब दे नाल जित तक मैनूं लगदा है, आई थिंक हाँ एक क्वेश्चन दो क्वेश्चन हो रहे। राजनीतिक प्रणाली ते किसका प्रभाव पैंदा है? नोट कर लो, राजनीतिक प्रणाली ते किसका प्रभाव पैंदा है? राजनीतिक प्रणाली ते वातावरण का प्रभाव पैंदा है, एनवायरमेंट। फिर अगला क्वेश्चन, वातावरण कितनी तरह का होंदा है? मैं तुहानूं दस्या सी वातावरण दो तरह का है, देश का अंदरूनी वातावरण, देश का बाहरी वातावरण, इंटरनल एनवायरमेंट ऑफ द कंट्री, एक्सटरनल एनवायरमेंट। समझ आ गई? देश का अंदरूनी वातावरण, देश का बाहरी वातावरण, वातावरण का प्रभाव, वातावरण के उत्ते तुहानूं क्वेश्चन आ सकता है। इस तो अलावा बच्चे तुहानूं पक्के पेपरां तक, दिसंबर के पेपरां तक, प्री बोर्ड तक तुहानूं क्वेश्चन आ सकता है कि निवेश मंगा कितनी तरह दी होंदी है। तो असीं चार तरह की कीतियां सी, वस्तुआं ते सेवावां लई मंग कीती सी, प्रणाली दे कम्मां विच भाग लैण संबंधी मंग कीती सी, ठीक है, प्रणाली तो सूचना प्राप्त करन संबंधी मंग कीती सी, विहार नूं नियमित करन दी मंग कर सकदे। ते समर्थन च मैं दस्सिया सी तुहानूं तीन तरह के समर्थन, भौतिक समर्थन, भाव टैक्स वगैरह पे करने, जुर्माने देने, समय सिर प्रणाली नूं अदायगी करना, सन्मान समर्थन, प्रणाली दा सन्मान करना, देश नूं प्यार करना, देश विच एकता बना के रखना, ठीक है। इसे तरीके नाल सहभागी समर्थन, प्रणाली दे कम्मां विच भाग लेना, प्रणाली दे कम्मां नूं करना, प्रणाली नूं अपना साथ देना, उहदे ते भी तुहानूं क्वेश्चन आ सकदे। हुण तुसीं करना की है, अज इही वाला लैसन सारे बच्चों ने रिवाइज करना है। इहनूं 2-3 वारी जरूर सुनना है वीडियो नूं। वीडियो नूं सुणोगे बेटे तुहाडी रिविजन आपे हो जाए, ठीक है। हुण मैनूं एक बच्चा कोई टाइम दसेगा किन्ना होया? शुक्रवार नूं करांगे। हांजी, तुसीं दसो पहला। मैम पेपर ऑनलाइन होंगे कि ऑफलाइन? बेटे देखो, पेपर मेरे हिसाब दे नाल पेपर तुहाडे ऑनलाइन ही होने है। ਜਿੱਦਾਂ ਪਹਿਲਾਂ ਤੁਸੀਂ 11ਵੀਂ ਦੇ ਵਿੱਚ ਗੂਗਲ ਸ਼ੀਟ ਤੁਹਾਡੀ ਆ ਜਾਂਦੀ ਸੀ ਕਿਤੇ ਤੁਸੀਂ ਗੂਗਲ। ਖੁਰਸ਼ਾਦ, ਤੁਸੀਂ ਜਾਣਾ ਨਹੀਂ ਹੈ? ਹਾਂ, ਉਹ ਉੱਥੇ ਸਟਾਫ ਰੂਮ 'ਚ ਬੈਠੋ ਬੇਟੇ, ਵੀ ਜਾਣਾ ਨਹੀਂ ਹੈ ਤੁਸੀਂ, ਠੀਕ ਹੈ। ਔਨਲਾਈਨ ਪੇਪਰ ਹੀ ਔਨਲਾਈਨ ਹੀ ਹੋਣਗੇ, ਕੁਛ ਨਹੀਂ, ਇੱਕ ਗੂਗਲ ਸ਼ੀਟ ਆਣੀ ਹੈ, ਗੂਗਲ ਸ਼ੀਟ ਨੂੰ ਤੁਸੀਂ ਸੋਲਵ ਕਰਨਾ, ਹੋਰ ਤੁਸੀਂ ਕੁਛ ਨਹੀਂ ਕਰਨਾ। ਉਹਦੇ 'ਚ ਵੀ ਤੁਸੀਂ ਆਪਸ਼ਨ ਹੋਣੀ ਹੈ, ਟਿਕ ਕਰਨੀ ਹੈ, ਬਸ ਆਈਡੀ ਕਰਾ ਠੀਕ ਧਿਆਨ ਨਾਲ ਭਰਿਓ। ਓਕੇ ਮੈਮ। ਹਾਂਜੀ, ਹੋਰ ਕੁਛ ਤੁਸੀਂ ਪੁੱਛਣਾ ਚਾਹੁੰਦੇ ਹੋ ਇਸ ਲੈਸਨ 'ਚ? ਕੋਈ ਹੋਰ ਕੁਐਸਚਨ ਇਸ ਲੈਸਨ ਚ? ਕੋਈ ਹੋਰ ਕੁਐਸਚਨ ਤੁਹਾਡੇ ਦਿਮਾਗ ਚ ਹੋਵੇ?
ਇਹ ਜਿਹੜਾ ਇਰਫਾਨ ਕਲਾਸ ਲਗਾ ਰਿਹਾ, ਇਰਫਾਨ ਬੇਟੇ ਤੁਸੀਂ ਸਾਇੰਸ ਤੋਂ ਆਏ ਹੋਏ ਹੋ, ਉਹ ਇਰਫਾਨ ਹੈ ਕਿ ਦੂਸਰਾ ਇਰਫਾਨ ਹੈ? ਸੈਕਸ਼ਨ ਕਿਹੜਾ ਤੁਹਾਡਾ? ਏ ਮੈਮ ਆਰਟਸ ਵਾਲਾ ਹੈ। ਆਰਟਸ ਵਾਲਾ, ਠੀਕ ਹੈ। ਹਾਂਜੀ ਬੇਟੇ, ਇਸ ਲੈਸਨ 'ਚ ਹੋਰ ਕੋਈ ਕੁਐਸਚਨ ਕੋਈ ਬੱਚਾ ਪੁੱਛਣਾ ਚਾਹੁੰਦਾ ਹੈ? ਨੋ ਮੈਮ। ਹਾਂ, ਹੁਣ ਤੁਸੀਂ ਅੱਜ ਕੰਮ ਕੀ ਕਰਨਾ ਹੈ ਕਿ ਸੰਸਦੀ ਪ੍ਰਣਾਲੀ ਵਾਲਾ ਲੈਸਨ ਤੇ ਭਾਰਤੀ ਲੋਕਤੰਤਰ ਵਾਲਾ ਲੈਸਨ, ਉਹਦੀ ਰੀਡਿੰਗ ਲੈਣੀ ਹੈ। ਮੈਂ ਕਰਵਾਇਆ ਹੋਇਆ ਹੈ, ਮੈਂ ਨੋਟਸ ਕਰਵਾਏ ਹੋਏ ਹੈ, ਵਰਡ ਟੂ ਵਰਡ ਡਿਕਟੇਟ ਕਰਾਇਆ ਹੋਇਆ ਹੈ, ਤੇ ਉਹਦੇ ਇਲਾਵਾ ਨੋਟਸ ਵੀ ਭੇਜੇ ਹੋਏ ਹੈ ਤੁਹਾਡੀਆਂ ਕਾਪੀਆਂ ਦੇ ਉੱਤੇ, ਪੜ੍ਹਨ ਵਾਲੇ ਬੱਚਿਆਂ ਦੀ ਕਾਪੀਆਂ ਤੇ ਕੀਤੇ ਹੋਣੇ। ਉਹ ਜੇ ਤੁਸੀਂ ਦੋ ਲੈਸਨਾਂ ਦੀ ਰੀਡਿੰਗ ਕੀਤੀ ਹੋਏਗੀ ਬੇਟੇ, ਫਿਰ ਤੁਹਾਨੂੰ ਉਹਦੇ ਕੁਐਸਚਨ ਸਮਝ ਆ ਜਾਣਗੇ। ਵੈਸੇ ਤੁਹਾਨੂੰ ਮੈਂ ਦੱਸਦਾ ਕਿ ਸੰਸਦੀ ਸਰਕਾਰ ਜਿਹੜੀ ਸੀ, ਕੋਈ ਬੱਚਾ ਮੈਨੂੰ ਦੱਸੇਗਾ ਕਿ ਸੰਸਦੀ ਢਾਂਚਾ ਭਾਰਤ ਨੇ ਕਿਹੜੇ ਦੇਸ਼ ਤੋਂ ਲਿਆ ਸੀ? ਚਲੋ ਮੈਂ ਵੀ ਦੇਖ ਲਾ, ਤੁਹਾਡੀ ਜਨਰਲ ਨੌਲੇਜ ਚੈੱਕ ਕਰ ਲਾ। ਸੰਸਦੀ ਸਰਕਾਰ ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੈ। ਭਾਰਤ ਨੇ ਸੰਸਦੀ ਸਰਕਾਰ ਕਿਹੜੇ ਦੇਸ਼ ਤੋਂ ਲਈ ਸੀ? ਇੰਗਲੈਂਡ ਹਾਂ, ਵੈਰੀ ਇੰਗਲੈਂਡ ਤੋਂ ਹੀ ਇੰਗਲੈਂਡ। ਚਾਹੇ ਤੁਹਾਡੀ ਇਹ ਲੈਸਨ ਦੀ ਇੰਗਲੈਂਡ ਤੋਂ ਪੂਰੀ ਹੋ ਗਈ, ਲਾਈਨ ਮਾਰ ਲਓ, ਇੰਗਲੈਂਡ ਲਾਈਨ ਮਾਰ ਲਓ। ਦੂਸਰਾ ਦੂਸਰਾ ਪਾਰਟ ਆਪਾਂ ਸ਼ੁੱਕਰਵਾਰ ਕਰਾਂਗੇ, ਪਰ ਤੁਸੀਂ ਵੈਸੇ ਲਾਈਨ ਪਾਰ ਕੇ ਲੈਸਨ ਦਾ ਨਾਮ ਲਿਖੋ, ਸੰਸਦੀ ਭਾਰਤ ਦਾ ਸੰਸਦੀ ਢਾਂਚਾ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਇਨ ਇੰਡੀਆ। ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਇਨ ਇੰਡੀਆ, ਭਾਰਤ ਦਾ ਸੰਸਦੀ ਢਾਂਚਾ, ਇਹ ਉਹੀ ਸੰਸਦੀ ਸਰਕਾਰ ਹੈ ਜਿਹੜੀ ਤੁਸੀਂ 11ਵੀਂ ਚ ਅਸੀਂ ਬੜੀ ਡਿਟੇਲ ਚ ਕੀਤੀ ਸੀ, ਔਰ ਤੁਹਾਨੂੰ ਸ਼ਾਇਦ ਯਾਦ ਹੋਏਗਾ ਮੈਂ ਸੰਸਦੀ ਢਾਂਚਾ ਬਲੈਕ ਬੋਰਡ ਤੇ ਸਮਝਾਇਆ ਸੀ। ਰਾਸ਼ਟਰਪਤੀ ਨਾ ਮਾਤਰ ਦੇ ਮੁਖੀ ਹਨ, ਪ੍ਰਧਾਨ ਮੰਤਰੀ ਅਸਲੀ ਮੁਖੀ ਹਨ, ਜਿਹੜੇ ਜਿੱਤ ਜਾਂਦੇ ਹਨ ਉਹ ਵਿਧਾਨ ਪਾਲਿਕਾ ਦੇ ਮੈਂਬਰ ਹੁੰਦੇ ਹਨ, ਉਹਨਾਂ ਵਿੱਚ ਜਿਹੜੇ ਸਰਕਾਰ ਬਣਾਉਂਦੇ ਹਨ ਉਹ ਕਾਰਜਪਾਲਿਕਾ ਦੇ ਮੈਂਬਰ ਹੁੰਦੇ ਹਨ। ਕਿਸੇ ਬੱਚੇ ਨੂੰ ਯਾਦ ਆਇਆ? ਹਾਂਜੀ, ਕਿਸੇ ਨੂੰ ਯਾਦ ਆਇਆ? ਸੋਚ ਕੇ ਦੇਖੋ, ਮੈਂ ਕਰਵਾਇਆ ਹੋਇਆ ਕਿ ਮੰਨ ਲਓ 545 ਬੰਦੇ ਲੋਕ ਸਭਾ ਦੇ ਜੇ ਜਿੱਤੇ ਆ, ਤਾਂ 545 ਕਿਹਦੇ ਬਣ ਗਏ? ਵਿਧਾਨ ਪਾਲਿਕਾ ਦੇ ਮੈਂਬਰ ਬਣ ਗਏ। ਪਰ ਉਹਨਾਂ ਚੋਂ ਜਿਹੜੇ 70-80 ਬੰਦੇ ਸਰਕਾਰ ਚਲਾ ਰਹੇ ਉਹ ਕਾਰਜਪਾਲਿਕਾ ਦੇ ਮੈਂਬਰ ਬਣ ਗਏ। ਕਾਰਜਪਾਲਿਕਾ ਦੇ ਮੈਂਬਰ ਵਿਧਾਨ ਪਾਲਿਕਾ ਦੇ ਮੈਂਬਰ ਵੀ ਹੁੰਦੇ ਹਨ, ਯਾਦ ਆ ਗਿਆ? ਸਾਰੇ ਮੰਤਰੀਆਂ ਚ ਵਿਚਾਰਾਂ ਦੀ ਸਾਂਝ ਹੋਣੀ ਚਾਹੀਦੀ ਹੈ, ਕਾਰਜਪਾਲਿਕਾ ਵਿਧਾਨ ਪਾਲਿਕਾ। ਇਹ ਅੱਜ ਤੁਸੀਂ ਕੁਛ ਨੀ ਕਰਨਾ, ਚਾਹੇ ਰਾਜਨੀਤਿਕ ਪ੍ਰਣਾਲੀ ਵਾਲਾ ਲੈਸਨ ਵੀ ਰਿਵਾਈਜ਼ ਨਾ ਕਰੋ, ਕੋਈ ਗੱਲ ਨੀ। ਤੁਸੀਂ ਸੰਸਦੀ ਸਰਕਾਰ ਤੇ ਭਾਰਤੀ ਲੋਕਤੰਤਰ ਵਾਲਾ ਜਿਹੜਾ ਮੈਂ ਲਿਖਵਾਇਆ ਹੋਇਆ, ਜਿਹੜੇ ਮੈਂ ਨੋਟਸ ਕਰਾਏ ਹੋਏ ਆ, ਇਨ ਕੇਸ ਕਿਸੇ ਬੱਚੇ ਨੇ ਨਹੀਂ ਲਿਖਿਆ ਹੋਇਆ, ਨੋਟਸ ਵੀ ਉਹਦੇ ਕੋਲ ਨਹੀਂ ਹੈ, ਤਾਂ ਯੂਟਿਊਬ ਦੇ ਉੱਤੇ ਪਾਰਲੀਮੈਂਟਰੀ ਮਾਡਲ ਤੇ ਭਾਰਤੀ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ, ਭਾਰਤੀ ਲੋਕਤੰਤਰ ਦੀਆਂ ਚੁਣੌਤੀਆਂ, ਦੋਨੋਂ ਲੈਕਚਰਸ ਪਏ ਨੇ, ਪੰਜਾਬ ਐਜੂਕੇਅਰ ਐਪ ਤੇ ਵੀ ਪਿਆ ਹੈ ਬੇਟੇ, ਜੇ ਤੁਸੀਂ ਪੜ੍ਹਨਾ ਹੈ। ਦੇਰ ਆਰ ਸੋ ਮੈਨੀ ਸੋਰਸਿਸ ਤੁਹਾਡੇ ਕੋਲ ਪਏ ਨੇ, ਤੁਸੀਂ ਉੱਥੋਂ ਦੇਖ ਸਕਦੇ। ਠੀਕ ਹੈ ਜੀ, ਅੱਜ ਦੀ ਕਲਾਸ ਅਸੀਂ ਇੱਥੇ ਹੀ ਖਤਮ ਕਰਾਂਗੇ। ਮੈਂ ਰਿਕਾਰਡਿੰਗ ਜ਼ਰੂਰ ਬੰਦ ਕਰ ਰਹੀ ਹਾਂ, ਬਟ ਮੈਨੂੰ ਮਨੋਲੀ ਵਾਲੇ ਬੱਚੇ ਅਟੈਂਡੈਂਸ ਦੇ ਕੇ ਜਾਣਗੇ, ਸੋ ਆਰਜ਼ੂ ਬੇਟੇ ਤੁਸੀਂ ਅਟੈਂਡੈਂਸ ਲਗਾ ਲਈ ਹੈ, ਨਹੀਂ ਤਾਂ ਲਗਾ ਲਓ, ਤੇ ਬਾਕੀ ਬੱਚੇ ਕਲਾਸ ਡ੍ਰੌਪ ਕਰ ਸਕਦੇ। ਹੁਣ ਆਪਾਂ ਸ਼ੁੱਕਰਵਾਰ ਨੂੰ, ਹਾਂ ਠੀਕ ਹੈ, ਥੈਂਕ ਯੂ ਬੇਟੇ। ਸੋ ਸ਼ੁੱਕਰਵਾਰ ਨੂੰ ਆਪਾਂ 11 ਵਜੇ ਜਦੋਂ ਕਲਾਸ ਲਵਾਂਗੇ, ਉਦੋਂ ਬੇਟੇ ਆਪਾਂ ਇਹਦੇ ਵਿੱਚ ਦੋ ਲੈਸਨਾਂ ਦੀ ਰਿਵੀਜ਼ਨ ਕਰਾਂਗੇ। ਉਸ ਤੋਂ ਬਾਅਦ ਤੁਹਾਡੇ 5 ਤੋਂ ਪੇਪਰ ਸ਼ੁਰੂ ਹੈ, ਫਿਰ ਬੇਟੇ ਮੈਂ ਤੁਹਾਡੀ ਨਹੀਂ ਲਵਾਂਗੀ, ਫਿਰ ਪੋਲੀਟੀਕਲ ਸਾਇੰਸ ਦੀ ਤਿਆਰੀ ਤੁਹਾਡੀ ਹੋ ਜਾਣੀ ਚਾਹੀਦੀ। ਹਾਂਜੀ ਬੇਟੇ, ਐਨੀਥਿੰਗ ਐਲਸ? ਓਕੇ ਮੈਮ, ਥੈਂਕ ਯੂ। ਓਕੇ ਜੀ, ਓਕੇ ਮੈਮ, ਥੈਂਕ ਯੂ, ਥੈਂਕ ਯੂ।